ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੋਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360-652-6066 ਯਾਨੀ 360-652-6066 ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ ਸੈਕਿੰਡ ਲੋਕੇਸ਼ਨ ਲਾਸਟ ਹਿੱਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲਾਸਟ ਹਿਲਸ ਫੋਨ ਨੰਬਰ 661-797-2354 ਓ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ जी हाँ ड्रीमलाइनर एक्सप्रेस कंपनी कैलगरी अल्बर्टा कैनेडा जिन्हां नूं साफ सुथरे रिकॉर्ड ते 2 साल तजर्बे वाले ड्राइवर दी लोड़ है इन्हां कोल कैलगरी अल्बर्टा तो कैलिफोर्निया ते एरिजोना दे सिद्धे रन इन्हां कोल ड्राई ते रीफर लोड भी है होम रिटर्न विद इन 5 डेज बाई वीकली ते चंगी तनखा दिंदे आ और हाँ सिंगल ते टीम्स दोनों नूं हायर करदे ने वधेरे जानकारी लई कॉल 403-404-9501 Dreamliner Express Company, Calgary, Alberta, Canada. Bathinda di Green City di apar safalta to baad hun pesh hai Kanhaiya's Green City. ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਖੁੱਲੀਆਂ ਸੜਕਾਂ ਹਰਾ ਭਰਾ ਵਾਤਾਵਰਣ ਬਿਜਲੀ ਦੀਆਂ ਅੰਡਰਗਰਾਊਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਸੰਪਰਕ ਕਰੋ 855-600-2064 ਅਤੇ 85560-2071 ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ JB Truck Repair, Yuba City, Certified Cummins, Detroit Freightliner, Western Star, Volvo, Caterpillar, ਅਤੇ Series 60 Engines, International ਅਤੇ Automatic Transmissions, 5 ਸਾਲ ਦਾ Freightline Dealership ਦਾ Experience, ਇਹ Engine, Truck, Trailer, AC, Electrical, DPF, DEF Repair ਕਰਦੇ ਹਨ, Transmission, Rear End, Brakes, Oil Change ਕਰ ਦਿੰਦੇ ਹਨ, Certified 90-Day DOT Inspection, ਅਤੇ Certified Annual Federal DOT Inspection, ਇੰਸਪੈਕਸ਼ਨ ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਸ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916-696-0634 ਜਾਂ ਜਗਰਾਜ ਬਲ 530-339-15 ਐਡਰੈਸ 3894 ਰੇਲ ਰੋਡ ਐਵਨਿਊ ਯੂਬਾ ਸਿਟੀ ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਂਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓ ਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ ਹਰ ਤਰ੍ਹਾਂ ਦੀ ਗਰੋਸਰੀ ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ ਜਿੱਥੇ ਮਿਲੇਗਾ ਵਧੀਆ ਖਾਣਾ ਦੋ ਪਰੌਂਠੇ ਸਿਰਫ 499 ਚ ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885-8858-685-8858 ਐਡਰੈਸ 2201 ਸਾਊਥ ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ 93307 ਯੂਨੀਅਨ ਵਿਲੇਜ ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ ਤੇ ਟਰਾਂਸ ਕੈਨੇਡਾ ਚੱਲਣ ਵਾਲੇ ਟਰੱਕਰ ਵੀਰ ਇੱਕ ਨੰਬਰ ਨੋਟ ਕਰੋ 204-459-2000 ਇਹ ਨੰਬਰ ਹੈ ਜੀ ਅਕਾਲ ਟਰੱਕ ਐਂਡ ਟ੍ਰੇਲਰ ਵਾਲੇ ਬਲਤੇਜ ਸਿੰਘ ਪਨੇਸਰ ਹੋਰਾਂ ਦਾ ਜੇਕਰ ਰਾਹ ਜਾਂਦਾ ਤੁਹਾਡੀ ਵਿੰਡ ਸਕਰੀਨ ਟੁੱਟ ਜਾਂਦੀ ਹੈ ਜਾਂ ਜਲਦੀ ਨਾਲ ਤੁਸੀਂ ਤੇਲ ਬਦਲੀ ਕਰਾਉਣਾ ਹੈ ਵਾਸ਼ ਕਰਾਉਣੀ ਹੈ ਤਾਂ ਸੈਮੀ ਦੇ ਲਈ ਇੱਥੇ ਤੁਹਾਨੂੰ ਸਾਰੀਆਂ ਸਹੂਲਤਾਂ ਉਪਲਬਧ ਨੇ ਟਰੱਕ ਟ੍ਰੇਲਰ ਦੀ ਰਿਪੇਅਰ 204-459-2000 'ਤੇ ਕਾਲ ਕਰ ਸਕਦੇ ਹੋ ਵਾਸ਼ਿੰਗਟਨ ਫਰੇਟ ਸਰਵਿਸ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ ਲੋਕਲ ਜੋਬ ਦਿੰਦੀ ਹੈ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਦੇ ਨਾਲ 206-354-4060 ਜਾਂ ਜਗਦੇਵ ਸੰਧੂ ਹੋਰਾਂ ਨਾਲ 253-266-6924 'ਤੇ ਕਾਲ ਕਰ ਸਕਦੇ ਹੋ
ਮੇਰੇ ਨਾਲ ਸ਼ਵਿੰਦਰ ਜੀ ਜੁੜੇ ਨੇ ਸ਼ਵਿੰਦਰ ਜੀ ਸਤਿ ਸ਼੍ਰੀ ਅਕਾਲ ਸ਼ਵਿੰਦਰ ਜੀ ਸਭ ਤੋਂ ਪਹਿਲਾਂ ਗੱਲਬਾਤ ਕਰਨੀ ਪੰਜਾਬ ਦੀ ਸਿਆਸਤ ਦੇ ਉੱਤੇ ਬੜੀ ਜ਼ਰੂਰੀ ਹੈ ਦੇਖੋ ਪੰਜਾਬ ਦੀ ਸਿਆਸਤ ਲੈ ਲਈਏ ਜਾਂ ਫਿਰ ਆਪਾਂ ਗੱਲ ਕਰ ਲਈਏ ਵੀ ਭਾਰਤ ਦੇ ਵਿੱਚ ਉਹਨਾਂ ਸੂਬਿਆਂ ਪ੍ਰਤੀ ਰਵੱਈਆ ਜਿਹੜੇ ਕਿ ਬੀਜੇਪੀ ਦੇ ਅਧੀਨ ਨਹੀਂ ਨੇ 19 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਕੋਵਿਡ ਦੀ ਗੱਲ ਟੀਕਾ ਲਾਉਣ ਦੀ ਗੱਲ ਕੀਤੀ ਸੀ ਹਾਲਾਤ ਇਹ ਬਣ ਗਏ ਨੇ ਕਿ ਜਿਨ੍ਹਾਂ ਨੇ ਦੂਜੀ ਡੋਜ਼ ਲਵਾਉਣੀ ਹੈ ਉਹਨਾਂ ਨੂੰ ਫਿਕਰ ਪੈ ਗਿਆ ਕਿ ਸਾਡੇ ਦੂਜੀ ਡੋਜ਼ ਲੱਗੂਗੀ ਕਿ ਨਹੀਂ ਲੱਗੂਗੀ ਜੇ ਸੰਬੰਧਿਤ ਸਮੇਂ ਦੇ ਵਿੱਚ ਸਟਿਪੂਲੇਟਡ ਟਾਈਮ ਦੇ ਵਿੱਚ ਡੋਜ਼ ਨਹੀਂ ਲਵਾਉਂਦੇ ਤਾਂ ਅੱਗੇ ਕੀ ਗਾਈਡਲਾਈਨਸ ਨੇ ਉਹ ਵੀ ਹਨੇਰਾ ਹੈ ਪੰਜਾਬ ਦੇ ਵਿੱਚ ਸੈਕਿੰਡ ਡੋਜ਼ ਲਵਾਉਣ ਵਾਲੇ ਕਾਹਲ ਕਰਨ ਲੱਗ ਪਏ ਆ ਬੜੀ ਸਥਿਤੀ ਨਾਜ਼ੁਕ ਹੈ ਅਤੇ ਸਰਕਾਰ ਨੇ ਜਵਾਬ ਦੇ ਦਿੱਤਾ ਵੀ 19 ਸਾਲ ਤੋਂ 45 ਸਾਲ ਦੀ ਉਮਰ ਤੱਕ ਅਸੀਂ ਨਹੀਂ ਲਾ ਸਕਦੇ ਉਹਨਾਂ ਨੇ ਕਹਿ ਦਿੱਤਾ ਵੀ ਜਿਹੜੇ ਹਿਸਾਬ ਨਾਲ ਪੰਜਾਬ ਸਰਕਾਰ ਤਾਂ ਹਾਲੇ ਦਲੀਲ ਦੇ ਰਹੀ ਹੈ ਵੀ 10-12 ਦਿਨ ਲੇਟ ਘੱਟੋ ਘੱਟ ਕਹਿ ਰਹੀ ਹੈ ਉਹ ਵੀ ਮਤਲਬ ਵੀ 12 ਜਾਂ 15 ਇੱਕ ਤੋਂ ਸ਼ੁਰੂ ਹੋਣਾ ਸੀ ਨਾ ਕੰਮ 12 ਜਾਂ 15 ਤੋਂ ਪਰ ਜਿੱਦਾਂ ਵੀ ਪੰਜਾਬ ਸਰਕਾਰ ਕਹਿ ਰਹੀ ਹੈ ਨਾ ਉਹਦੇ ਹਿਸਾਬ ਨਾਲ ਵੀ ਲੱਗ ਰਿਹਾ ਵੀ 12-15 ਨੀ ਕਾਫੀ ਲੇਟ ਜਾਊਗਾ ਕੰਮ ਕਿਉਂਕਿ ਜਿਹੜੀ ਇੱਕ ਭਾਵਨਾ ਵਾ ਭੇਦਭਾਵ ਵਾਲੀ ਉਹ ਉਹਨਾਂ ਸੂਬਿਆਂ ਨਾਲ ਹੋ ਰਹੀ ਹੈ ਜਿੱਥੇ ਗੈਰ ਭਾਜਪਾਈ ਸਰਕਾਰਾਂ ਹੈਗੀਆਂ ਨੇ ਚਾਹੇ ਉਹ ਪੰਜਾਬ ਹੈ ਚਾਹੇ ਹੋਰ ਸੂਬੇ ਨੇ ਮਤਲਬ ਕੀ ਕਿ ਇਸ ਮਾਮਲੇ ਵਿੱਚ ਵੀ ਜਿਹੜੀ ਕਿ ਇੱਕ ਜਨਤਕ ਸਰੋਕਾਰਾਂ ਨਾਲ ਜੁੜਿਆ ਹੋਇਆ ਮੁੱਦਾ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਮੁੱਦਾ ਤੇ ਅਹਿਮ ਮੁੱਦਾ ਹੈਗਾ ਲੋਕਾਂ ਦੀ ਜਾਨ ਨਾਲ ਜੁੜਿਆ ਹੋਇਆ ਮੁੱਦਾ ਉਹਦੇ ਵਿੱਚ ਵੀ ਇਹ ਕੁਛ ਦਿਖ ਰਿਹਾ ਕਿਉਂਕਿ ਪ੍ਰਚਾਰ ਤਾਂ ਬਹੁਤ ਕੀਤਾ ਸੀ ਵੀ ਅਸੀਂ ਤਾਂ ਜੀ ਵਿਦੇਸ਼ਾਂ ਨੂੰ ਵੀ ਦੇਵਾਂਗੇ ਇਹ ਵੈਕਸੀਨ ਅਸੀਂ ਤਾਂ ਜਿਹੜਾ ਆਹ ਕਰਾਂਗੇ ਉਹ ਭੇਜ ਵੀ ਦਿੱਤੀਆਂ ਸੀ ਭੇਜ ਵੀ ਦਿੱਤੀਆਂ ਸੀ ਜੀ ਲੇਕਿਨ ਉਰੇ ਆਪਣੇ ਮੁਲਕ ਦੇ ਜਿਹੜਾ ਹੈਗਾ ਨਾ ਢਿੱਡ ਪੂਰਾ ਨਹੀਂ ਹੋ ਰਿਹਾ ਹੈਗਾ ਖਾਸ ਕਰਕੇ ਜਿੰਨਾ ਰਿਪੋਰਟਾਂ ਤੇ ਵੀ ਆ ਰਹੀਆਂ ਨੇ ਕਿ ਜਿਹੜੇ ਬੀਜੇਪੀ ਦੇ ਆਪਣੇ ਸੂਬੇ ਆ ਉੱਥੇ ਵੀ ਦਿੱਕਤ ਹੈ ਪਰ ਸਮੱਸਿਆ ਹੈ ਕਿ ਉੱਥੇ ਸਾਹ ਨਹੀਂ ਕੋਈ ਕੱਢਣ ਵਾਲਾ ਹੈਗਾ ਉੱਥੇ ਉਹ ਆਪਣੀ ਕੇਂਦਰੀ ਲੀਡਰਸ਼ਿਪ ਅੱਗੇ ਸਾਹ ਨਹੀਂ ਕੱਢ ਸਕਦੇ ਰਿਪੋਰਟਾਂ ਤਾਂ ਗੁਜਰਾਤ ਤੋਂ ਵੀ ਆ ਰਹੀਆਂ ਕਿ ਉੱਥੇ ਪ੍ਰੋਪਰ ਜਿਹੜੀ ਵੈਕਸੀਨ ਨਹੀਂ ਮਿਲ ਰਹੀ ਹੈਗੀ ਰਿਪੋਰਟਾਂ ਮੱਧ ਪ੍ਰਦੇਸ਼ ਤੋਂ ਵੀ ਆ ਰਹੀਆਂ ਨੇ ਰਿਪੋਰਟਾਂ ਨੇ ਜੋ ਉਹ ਆ ਰਹੀਆਂ ਹੈਗੀਆਂ ਨੇ ਬੀਜੇਪੀ ਦੀਆਂ ਹੋਰ ਯੂਪੀ ਚੋਂ ਆ ਰਹੀਆਂ ਨੇ ਰਿਪੋਰਟਾਂ ਯੂਪੀ ਚੋਂ ਬਿਲਕੁਲ ਯੂਪੀ ਚੋਂ ਤਾਂ ਬਹੁਤ ਭਿਆਨਕ ਰਿਪੋਰਟਾਂ ਆ ਰਹੀਆਂ ਨੇ ਭਿਆਨਕ ਆ ਰਹੀਆਂ ਮੈਂ ਤਾਂ ਸਗੋਂ ਗੱਲ ਸਿਰਫ ਉਸੇ ਦੀ ਕਰ ਰਿਹਾ ਵੀ ਜਿਹੜੀ ਵੈਕਸੀਨ ਲੱਗਣ ਜਾਂ ਨਾ ਲੱਗਣ ਵਾਲੀ ਜੇ ਆਪਾਂ ਦੂਜੀਆਂ ਰਿਪੋਰਟਾਂ ਦੇਖ ਲਈਏ ਜਿਹਦੇ ਵਿੱਚ ਲੋਕ ਮਰ ਰਹੇ ਨੇ ਜਿਹਦੇ ਵਿੱਚ ਸਰਕਾਰ ਕਹਿ ਰਹੀ ਹੈ ਕਿ ਜੇ ਤੁਸੀਂ ਚੂੰ ਚਾਂ ਵੀ ਕੀਤੀ ਤਾਂ ਤੁਹਾਡੇ ਤੇ ਜਿਹੜੇ ਕੇਸ ਠੋਕੇ ਜਾਣਗੇ ਸੋ ਇਸ ਕਰਕੇ ਉਹ ਤਾਂ ਰਿਪੋਰਟਾਂ ਹੋਰ ਵੀ ਖਤਰਨਾਕ ਨੇ ਲੇਕਿਨ ਜੇ ਆਪਾਂ ਵੈਕਸੀਨ ਵਾਲੀ ਗੱਲ ਕਰੀਏ ਵੈਕਸੀਨ ਵਾਲੇ ਮਾਮਲੇ ਦੇ ਵਿੱਚ ਇੱਥੇ ਇਹ ਦਿਖਦਾ ਹੈਗਾ ਕਿ ਸਰਕਾਰੀ ਜਿਹੜਾ ਤੰਤਰ ਹੈ ਨਾ ਉਹ ਫੇਲ ਹੋ ਚੁੱਕੇ ਹੁਣ ਜਿਹੜੀ ਵੈਕਸੀਨ ਫ੍ਰੀ ਲੱਗਣੀ ਚਾਹੀਦੀ ਹੈ ਉਹ ਜਾ ਕੇ ਹੁਣ ਹਸਪਤਾਲਾਂ ਦੇ ਵਿੱਚ ਪ੍ਰਾਈਵੇਟ 600 ਤੱਕ ਲੱਗਦੀ ਹੈ ਜਿਹੜੀ ਕਿ ਹੁਣ ਇਹ ਕਹਿੰਦੇ ਨੇ ਕਿ 400 ਦਾ ਜੀ ਰੇਟ ਅਸੀਂ ਕਰ ਦਿੱਤਾ ਹੈਗਾ ਪਰ ਸਵਾਲ ਹੈ ਕਿ ਇਹ ਜਿਹੜੀ ਬਿਮਾਰੀ ਹੈ ਇਹ ਲੋਕਾਂ ਨੇ ਤਾਂ ਨੀ ਪੈਦਾ ਕੀਤੀ ਮਤਲਬ ਇਹ ਬਿਮਾਰੀ ਤਾਂ ਹੁਣ ਕੁਦਰਤੀ ਆ ਗਈ ਹੈ ਇਸ ਕਰਕੇ ਉਹਦਾ ਤਾਂ ਹੁਣ ਜਿਹੜਾ ਹੱਲ ਹੈ ਉਹ ਤਾਂ ਸਰਕਾਰਾਂ ਨੇ ਖੁਦ ਦੇਖਣਾ ਸੀ ਨਾ ਕਿਉਂਕਿ ਹੁਣ ਸਰਕਾਰਾਂ ਨੇ ਜਿਹੜੀਆਂ ਉਹ ਕਲਿਆਣਕਾਰੀ ਸਟੇਟ ਦਾ ਆਪਣਾ ਜਿਹੜਾ ਤਗਮਾ ਸੀਗਾ ਲਾਇਆ ਹੋਇਆ ਉਹ ਲਾ ਕੇ ਪਰ ਉਹਨਾਂ ਨੇ ਸੁੱਟ ਦਿੱਤਾ ਹੈਗਾ ਇਸ ਕਰਕੇ ਉਹ ਤਾਂ ਸੱਤਾ ਦੀ ਭੁੱਖ ਉਹ ਤਾਂ ਸਿੱਧੀ ਗੱਲ ਕਰੀਏ ਸੱਤਾ ਦੀ ਭੁੱਖ ਜਿਹੜੀ ਆ ਉਹ ਦਰਸਾ ਰਹੇ ਨੇ ਵੀ ਲੋਕ ਕੋਈ ਜੀਵੇ ਕੋਈ ਮਰੇ ਅਸੀਂ ਕੀ ਕਹਿੰਦੇ ਆਪਦਾ ਜਿਹੜਾ ਹੈਗਾ ਉਹ ਸਾਨੂੰ ਸੱਤਾ ਚਾਹੀਦੀ ਹੈ ਸੱਤਾ ਚਾਹੀਦੀ ਆ ਸੋ ਇਸ ਕਰਕੇ ਇੱਥੇ ਦਿੱਕਤ ਬਹੁਤ ਵੱਡੀ ਆ ਰਹੀ ਹੈ ਹਿੰਦੁਸਤਾਨ ਦੇ ਵਿੱਚ ਤੁਸੀਂ ਦੇਖੋ ਕਿ ਇੱਕ ਦਿਨ ਦੇ ਵਿੱਚ 380,000 ਤੋਂ ਉੱਪਰ ਕੇਸ ਆ ਜਾਣੇ 37,000-3700 ਦੇ ਕਈ ਮੌਤਾਂ ਹੋ ਜਾਣੀਆਂ ਇੱਕ ਛੋਟਾ ਇੱਕ ਦਿਨ ਦੇ ਵਿੱਚ ਹੋਣਾ ਇਹ ਸਾਰਾ ਕੁਛ ਇਸ ਸਮੇਂ ਭਾਰਤ ਹੋਰ ਕਿਸੇ ਮਾਮਲੇ 'ਚ ਅੱਗੇ ਹੋਵੇ ਜਾਂ ਨਾ ਹੋਵੇ ਪਰ ਦੁਨੀਆਂ ਭਰ ਜਿਹੜੀਆਂ ਮੌਤਾਂ ਹੋ ਰਹੀਆਂ ਉਸ ਮਾਮਲੇ 'ਚ ਅੱਗੇ ਆ ਦੁਨੀਆਂ ਭਰ ਜਿਹੜੇ ਕੇਸ ਆ ਰਹੇ ਨੇ ਉਹਨਾਂ ਵਿੱਚ ਅੱਗੇ ਆ ਇਹ ਸਾਡਾ ਸਿਸਟਮ ਦਾ ਤੇ ਸਾਡੀ ਸਰਕਾਰ ਦਾ ਮੌਜੂਦਾ ਗਵਰਨਮੈਂਟ ਦਾ ਵੀ ਨਲਾਇਕੀ ਜੀ 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 ਹੈਲੋ ਬਿਲਕੁਲ ਤੁਸੀਂ ਨਲਾਇਕੀ ਦੀ ਗੱਲ ਕੀਤੀ ਹੈ ਦੇਖੋ ਰਿਕਾਰਡ ਤੋੜ ਜਿਹੜਾ ਕਰੋਨਾ ਕਹਿ ਰਹੇ ਹਾਂ ਕਿ ਹਾਲਾਤ ਇਹ ਹੋ ਗਏ ਨੇ ਕਿ ਚਰਚਾ ਹੈਗੀ ਕਿ ਆਸਟ੍ਰੇਲੀਆ ਨੇ ਕਹਿਤਾ ਵੀ ਜੇ ਤੁਸੀਂ ਬਾਹਰਲੇ ਦੇਸ਼ਾਂ ਤੋਂ ਆਪਦੇ ਨਾਗਰਿਕਾਂ ਨੂੰ ਵੀ ਕਹਿਤਾ ਤੁਹਾਨੂੰ ਜੇ ਤੁਸੀਂ ਇੰਡੀਆ ਹੋ ਕੇ ਜੇਲ੍ਹ 'ਚ ਡੱਕ ਦਿਆਂਗੇ ਇਹੋ ਜਿਹੇ ਹਾਲਾਤ ਪੈਦਾ ਕਰਤੇ ਵੀ ਇੰਡੀਆ ਤੋਂ ਹਰ ਬੰਦਾ ਘਬਰਾਉਣ ਲੱਗ ਪਿਆ ਇਟਲੀ ਗਏ ਇੰਡੀਆ ਦਾ ਇੱਥੋਂ ਗਿਆ ਇੱਥੋਂ ਤਾਂ ਮੈਂ ਉਹੀ ਗੱਲ ਹੈ ਵੀ 2 ਪੈਸੇ ਦਿਓ ਕਰੋਨਾ ਨੈਗੇਟਿਵ ਦਾ ਸਰਟੀਫਿਕੇਟ ਦਿਓ ਇਟਲੀ ਉੱਤਰਦਾ ਸਰ ਪੋਜ਼ਿਟਿਵ ਆਉਣ ਲੱਗ ਪਏ ਇਟਲੀ ਵਾਲਿਆਂ ਨੇ ਵੀ ਤੁਹਾਡੀਆਂ ਉਡਾਨਾਂ ਬੰਦ ਕਰ ਦਿੱਤੀਆਂ ਕਿਉਂਕਿ ਇੱਥੇ ਜਿਹੜੀ ਆਪਾਂ ਇੱਕ ਵਾਰ ਗੱਲ ਕੀਤੀ ਸੀ ਨਾ ਜਿਹੜੀ ਆਪਣੇ ਕੋਲ ਜਾਣਕਾਰੀ ਹੈ ਉਹ ਮਤਲਬ ਇਹ ਕੰਮ ਨਾ ਬਿਜ਼ਨਸ ਆ ਜਿਹੜਾ ਕਰੋਨਾ ਦੀ ਨੈਗੇਟਿਵ ਤੋਂ ਪੋਜ਼ਿਟਿਵ ਲੈਣ ਵਾਲਾ ਇਹ 200 ਤੋਂ ਸ਼ੁਰੂ ਹੋ ਕੇ
नतीजे जो दूजे मुल्क मिलने तमाम जेकर गल करिए कोरोना दी देश दे विच जिहड़ा हो रहा है तोए ते होण लग पई ठीक है जी डबल्यू वर्ल्ड हैल्थ ऑर्गनाइजेशन दियां होण लग पईआं पर आकड़ तुहाडे च फिर उन्नी है कि तुसी गल करदे हो कि जेकर बाहरों सानू पाकिस्तान ऑफर करदा सी लैणी नहीं है ये की हो रहा है ये की सिद्ध कर रहा है संयुक्त राष्ट्र ने भी कल कहा सीगा कि असी जे साडे कोलों कोई सहायता लैणी है लै लो ते कहिंदे कि नहीं असी अपने इन्ने जोगे हैगे आ हंकार शो करता जी भी सरकार ना अपनी नक रखने लई फिर नागरिकों का जो कुछ बनता नहीं बनता उसकी कोई परवाह नहीं तो सच्ची गल तो है कि थोड़ी तुसी कोई इन्ना वधिया एक सिस्टम उसार ही नहीं सके हेल्थ का क्योंकि इनू जो समझना हो तुसी मैं बार बार गुजरात का जिक्र क्यों करता जिक्र तो होरना सूबे का भी हो सकता क्योंकि गुजरात को साढ़े अगे एक मॉडल स्टेट वजो रखा गया कि नरेंद्र मोदी ने गुजरात भी गुजरात एक बहुत वधिया स्टेट है वो वर्गा पूरा मुल्क नूं बनाउणा हुण गुजरात है की सीगा गुजरात दे विच फिरका प्रस्ती दे नाल नाल एक जिहड़ा प्राइवेट करन दा निजीकरण करन दा जिहदे रुझान सीगा उत्थे तुसीं देखो कि वड्डे वड्डे होस्पिटल भी हैगे ने लेकिन उन्हां होस्पिटलां तक आम नागरिक दी अप्रोच नहीं हुण तां अजकल तां खास दी भी नहीं हो रही अप्रोच ते जिहड़े उत्थे दे सरकारी हस्पताल उहनां दा बुरा हाल है इही चीज जिहड़ी उरे हुण जिहड़ी असीं देख रहे हां जिहनूं गुजरात मॉडल कहिंदे आ वो गुजरात मॉडल है की है गुजरात मॉडल में आम लोगों का कोई जगह नहीं है इस समय तुम देखो गुजरात आम तौर पर सानू ना चार शहर ही दिखाए जाते हैं गुजरात के अहमदाबाद दिखा दिता जी सूरत दिखा दिता जी इस तरह गांधीनगर दिखा दिता पर कई अहजे वे इलाके ने जिथे का लोगों का बुरा हाल है वो सानू मॉडल च नहीं आता वही मॉडल जो इंडिया च लागू हो रहा ਤੁਸੀਂ ਦੇਖੋ ਕਿ ਇਹਨਾਂ 6 ਸਾਲਾਂ ਦੇ ਵਿੱਚ ਕਿੰਨੇ ਕੁ ਗਵਰਨਮੈਂਟ ਨੇ ਹਸਪਤਾਲ ਬਣਾ ਦਿੱਤੇ ਸਾਨੂੰ ਤਾਂ ਨਹੀਂ ਕੋਈ ਦਿੱਕਤ ਹੈਗਾ ਤੁਸੀਂ ਇਹ 6 ਸਾਲ ਦੇ ਵਿੱਚ ਦੇਖੋ ਕਿ ਹੈਲਥ ਦੀਆਂ ਕਿੰਨੀਆਂ ਸਕੀਮਾਂ ਉਲਟਾ ਹੋਇਆ ਕੀ ਹੈ ਇਹ ਸਰਕਾਰ ਨੇ ਜਿਹੜੀਆਂ ਹੈਲਥ ਦੀਆਂ ਸੁਵਿਧਾਵਾਂ ਦੇ ਉੱਤੇ ਘੱਟ ਲਾਏ ਨੇ ਵੱਡੇ ਵੱਡੇ ਸਿੱਖਿਆ ਦੇ ਉੱਤੇ ਘੱਟ ਲਾਏ ਹੈਗੇ ਨੇ ਹੁਣ ਇਹ ਉਹ ਚੀਜ਼ਾਂ ਅਸੀਂ ਜਿਹੜੀਆਂ ਨੇ ਉਹ ਭੁਗਤ ਰਹੇ ਹੈਗੇ ਹਾਂ ਜਦੋਂ ਇਸ ਤਰ੍ਹਾਂ ਦੀ ਕੋਈ ਆਉਂਦੀ ਹੈ ਸਿਰਫ ਬਲਕਿ ਈਵਨ ਇੱਥੋਂ ਤੱਕ ਕਿ ਮੈਂ ਤਾਂ ਇਹ ਵੀ ਕਹਿਣਾ ਕਿ ਜਿਹਨਾਂ ਨੂੰ ਅਸੀਂ ਕਲਿਆਣਕਾਰੀ ਸਟੇਟ ਕਹਿੰਦੇ ਹਾਂ ਉਹਨਾਂ ਦਾ ਵੀ ਬਹੁਤ ਕੁਛ ਨੰਗਾ ਹੋਇਆ ਹੈਗਾ ਜੇ ਜਿਹਨਾਂ ਦੇ ਵਿੱਚ ਡੈਮੋਕ੍ਰੇਸੀ ਸਰਵੈਂਡਰੋਲੋਜੀ ਦਾ ਪੱਧਰ ਉੱਚਾ ਹੈਗਾ ਐਕਚੁਅਲੀ ਕਰੋਨਾ ਦੀ ਬਿਮਾਰੀ ਨੇ ਨਾ ਜਿਹੜਾ ਸਾਡਾ ਇੱਕ ਕੈਪੀਟਲਿਸਟ ਮਾਡਲ ਹੈ ਨਾ ਉਹਨੂੰ ਵੀ ਚੈਲੰਜ ਕੀਤਾ ਹੈਗਾ ਉਹਦਾ ਵੀ ਜਿਹੜਾ ਇੱਕ ਇੱਕ ਨੇ ਭੇਖ ਬਣਾਇਆ ਹੋਇਆ ਸੀ ਇੱਕ ਨੇ ਨਕਾਬ ਪਹਿਨਿਆ ਹੋਇਆ ਸੀ ਵੀ ਅਸੀਂ ਜੀ ਬਹੁਤ ਕਲਿਆਣਕਾਰੀ ਹੈ ਉਹਨੂੰ ਵੀ ਐਕਸਪੋਜ਼ ਕੀਤਾ ਹੈਗਾ ਐਕਸਪੋਜ਼ ਤਾਂ ਸਾਰਾ ਕੁਝ ਹੀ ਹੋਈ ਜਾਂਦਾ ਜੀ ਮੁੱਖ ਮੰਤਰੀ ਪੰਜਾਬ ਨੂੰ ਕਹਿਣਾ ਪੈਗਾ ਕਿ ਜੇ ਕੋਈ ਕਾਲਾ ਬਜ਼ਾਰੀ ਕਰੂਗਾ ਉਹਨੂੰ ਅੰਦਰ ਤੁਰਨਾਗੇ ਐਸੈਂਸ਼ੀਅਲ ਕਮੋਡਿਟੀ ਐਕਟ ਤੁਸੀਂ ਖਤਮ ਕਰਤਾ ਜਿਹਦੇ ਥੱਲੇ ਕਾਲਾ ਬਜ਼ਾਰੀ ਤੁਸੀਂ ਕਿਸੇ ਨੂੰ ਸਜ਼ਾ ਦੇਣੀ ਸੀ ਹੈਂਜੀ ਆਕਸੀਮੀਟਰ ਦੱਸੋ ਵੀ ਜਿਹੜੇ ਆਈ ਜਾਂਦੇ ਉਹ ਇਹੋ ਜਿਹੀ ਕੀ ਗੱਲ ਹੋ ਗਈ ਖੜੇ ਪਏ ਨਾਰੀਅਲ ਉਹ ਕੱਲ੍ਹ ਪ੍ਰੋਫੈਸਰ ਸਾਹਿਬ ਆਏ ਸੀਗੇ ਕਹਿੰਦੇ ਮੈਂ ਬਠਿੰਡੇ ਦੀ ਗੱਲ ਕੀਤੀ ਉਹ ਕਹਿੰਦੇ ਸਾਡੇ ਵੀ 80-85 ਰੁਪਈਆਂ ਦਾ ਨਾਰੀਅਲ ਹੋ ਗਿਆ ਕੱਚਾ ਕਿਉਂਕਿ ਇਮਿਊਨ ਸਿਸਟਮ ਨੂੰ ਸਟਰੋਂਗ ਕਰਦਾ ਹੋਰ ਕਰਦਾ ਮੈਂ ਕਿਹਾ ਹੈਰਾਨ ਹੋ ਗਈ ਲੁੱਟ ਮੱਚੀ ਪਈ ਹੈ ਇੱਕ ਤਰ੍ਹਾਂ ਨਾਲ ਉਹ ਜਿਹਨੂੰ ਕਹਿੰਦੇ ਅਰਾਜਕਤਾ ਫੈਲਣ ਦੇ ਹਾਲਾਤ ਪੈਦਾ ਹੋ ਰਹੇ ਨੇ ਕਾਨੂੰਨ ਵਿਵਸਥਾ ਜੇ ਆਏ ਧਿਆਨ ਰਿਹਾ ਤਾਂ ਕਾਨੂੰਨ ਵਿਵਸਥਾ ਦੇ ਤਾਂ ਬੁਰਾ ਹਾਲ ਹੋਜੂ ਫਿਰ ਬੁਰਾ ਹਾਲ ਇਹ ਤੁਸੀਂ ਦੇਖੋ ਕਿ ਯੂਪੀ ਦੇ ਵਿੱਚ ਕੁਝ ਦਿਨ ਪਹਿਲਾਂ ਕਿਸੇ ਨੇ ਮੰਗ ਕਰ ਦਿੱਤੀ ਕਿ ਜੀ ਮੇਰੇ ਘਰਦਿਆਂ ਨੂੰ ਆਕਸੀਜਨ ਦੀ ਲੋੜ ਹੈਗੀ ਹੈ ਤੇ ਬੈੱਡ ਦੀ ਵੀ ਲੋੜ ਹੈਗੀ ਆ ਤੇ ਯੂਪੀ ਸਰਕਾਰ ਨੇ ਉਹਦੇ ਫਿਰ ਉਹਨੂੰ ਮੁੰਡੇ ਦੇ ਉੱਤੋਂ ਕੇਸ ਠੋਕ ਕੇ ਅੰਦਰ ਠੋਕ ਦਿੱਤਾ ਸੋ ਇਹ ਮਤਲਬ ਕੋਈ ਬੰਦਾ ਇਹ ਵੀ ਮੰਗ ਕਰੇ ਵੀ ਭਾਈ ਮੈਂ ਮਰ ਰਿਹਾ ਹਾਂ ਮੈਨੂੰ ਸੁਵਿਧਾ ਦੇ ਦਿਓ ਮੈਨੂੰ ਜਿਹੜਾ ਸਹੂਲਤ ਚਾਹੀਦੀ ਆ ਇਹਨੂੰ ਵੀ ਕਹਿੰਦੇ ਗੁਨਾਹ ਵਾ ਤੂੰ ਹਾਂ ਇਹ ਕਹਿ ਕਿਉਂ ਦਿੱਤਾ ਹਜ਼ੂਰੇ ਵਾਲਾ ਵੀ ਗੁਨਾਹ ਹੈ ਹਜ਼ੂਰੇ ਵਾਲਾ ਵੀ ਸ਼ਾਨ ਦੇ ਵਿੱਚ ਗੁਸਤਾਖੀ ਹੋ ਗਈ ਹੈ ਕਿ ਇਹ ਕਹਿਣਾ ਵੀ ਉਰੇ ਜੀ ਆਕਸੀਜਨ ਦੀ ਘਾਟ ਹੈ ਕਿਉਂਕਿ ਬਾਦਸ਼ਾਹ ਸਲਾਮਤ ਨੂੰ ਲੱਗਦਾ ਕਿ ਇਹ ਤਾਂ ਇੱਦਾਂ ਦਾ ਕੋਈ ਕਰਨਾ ਹੀ ਨੀ ਹੋ ਸਕਦਾ ਮਤਲਬ ਅਸੀਂ ਜਾ ਕਿੱਧਰ ਨੂੰ ਰਹੇ ਹਾਂ ਕਿ ਅੱਗੇ ਤਾਂ ਅਸੀਂ ਸੁਣਿਆ ਸੀ ਨਾ ਵੀ ਸਰਕਾਰ ਤੋਂ ਸਹਿਮਤੀ ਰੱਖਣ ਵਾਲੇ ਬੰਦੇ ਦੇਸ਼ ਤੋਂ ਹੀ ਹੋ ਗਏ ਇੱਥੇ ਆਪਣੀ ਜਾਨ ਨੂੰ ਬਚਾਉਣ ਦੀ ਗੱਲ ਕਰਨ ਵਾਲਾ ਬੰਦਾ ਵੀ ਭਾਈ ਮੈਂ ਮਰ ਜੂੰਗਾ ਜਾਂ ਮੇਰਾ ਪਿਓ ਮਰ ਜੂਗਾ ਇਸ ਕਰਕੇ ਮੈਨੂੰ ਸਾਨੂੰ ਆਕਸੀਜਨ ਦੀ ਲੋੜ ਆ ਉਹ ਵੀ ਦੇਸ਼ ਤੋਂ ਹੀ ਹੈ ਉਹ ਉਹਦੇ ਤੇ ਵੀ ਕੇਸ ਠੋਕ ਕੇ ਜਾ ਰਹੇ ਕਿਆ ਕਹੋਗੇ ਪਰ ਦੂਸਰੇ ਪਾਸੇ ਆਪਾਂ ਨਾਲ ਦੀ ਨਾਲ ਖਾਲਸਾ ਜੀ ਤੁਸੀਂ ਕਾਲ ਕਰ ਸਕਦੇ ਹੋ ਮੇਰਾ ਧਿਆਨ ਨਹੀਂ ਗਿਆ ਸੀਗਾ ਉੱਧਰ ਮੈਂ ਤੁਹਾਡੀ ਕਾਲ ਮਿਸ ਹੋ ਗਈ ਹੈ ਤੁਸੀਂ ਕਾਲ ਕਰ ਲੈਣਾ ਜਦੋਂ ਤੁਹਾਨੂੰ ਸਮਾਂ ਮਿਲੇ ਸੋ ਪ੍ਰੋਗਰਾਮ ਸ਼ਮਾਦਾਨ ਇਸ ਵਕਤ ਬਾਦਸਤੂਰ ਜਾਰੀ ਹੈ ਮੇਰੇ ਨਾਲ ਸ਼ਿਵਿੰਦਰ ਜੀ ਜੁੜੇ ਹੋਏ ਨੇ ਦਿੱਲੀ ਆਪਣੇ ਚੰਡੀਗੜ੍ਹ ਤੋਂ ਅਤੇ ਖਬਰਾਂ ਦਾ ਸਿਲਸਿਲਾ ਜਿਹੜਾ
लगातार जारी है, वो गलबात साड़ी चल रही है। कांग्रेस के सारी स्थिति लैके पंजाब दे विच आपां गल कर लईए, पंजाब दे विच स्थिति जिहड़ी आ करोना लैके बठिंडे की गल करिए, बिस्तरे नहीं मिल रहे, यह भी मंग आ रही है कि एक पोर्टल तैयार कर दिता जाना चाहिए जिदे उत्ते भावें प्राइवेट होस्पिटल ने भावें सरकारी ने उहदे उत्ते पता चले भी किन्ने बिस्तरे किहड़े होस्पिटल दे विच उपलब्ध ने, वह भी काला बाजारी बंद हो जाए क्योंकि पता नहीं लगता गा भी कित्थे खाली है कित्थे नहीं। लोग सड़कां ते भौंकदे फिरदे ने, जे सीधा पता लग जाए तो हाँ जी फलाने हस्पताल दे विच दो बिस्तरे खाली है, बंदा उत्थे जाके पहुँच सकदा, यह भी मंग बड़ी उठ रही है सोशल मीडिया से। आप खालसा जी की कॉल ले लीए फिर आप अगे चलते हैं जी। चलो टुट गई जी कॉल जी। बिल्कुल आते समय लगता पंजाब दे विच ना जो चीजा रिपोर्ट नहीं हो रही बहुत सारिया चीजा, क्योंकि तुम बठिंडे च बैठे हो, बठिंडे की हालत बारे लखन लाके दस सकते हो, सानू खुद ग्राउंड से जाके दस सकते हो, पर हाले वो चीजा उस कदर से रिपोर्ट नहीं हो रही, जिम्मे आप गल यूपी की कर रहे हैं, आप महाराष्ट्र की कर रहे हैं, जब आए कह लो कि हाले आते समय के सू इतने भी पता लग जूगा, थोड़ा जा दूजे तो थोड़ा जा बचा हुआ स्टेट आते जाके जाके जो ये लपेटे चाहूगा, क्योंकि सेहत व्यवस्था के इतने भी बहुत कुछ, मैं हाले पिछले साल ही स्टोरी करके हटिया इतने का हूँ उस तरह मैंने अंकड़े याद नहीं है, क्योंकि एक साल हो गया स्टोरी की, पिछले बार जो करोना से उदों की थी कि राजेंद्रा अस्पताल हो गया पंजाब के हॉस्पिटलों के वे पद्धर के उत्ते जे बैडा की कमी हैगी, ऑक्सीजन की कमी आ, उत्थे मुढ़ले स्टाफ की जी कमी बहुत वही हैगी, जी उदों मैं उस समय मैं देखी थी। सो कहने का मतलब है कि यह दिक्कत अगे जाके होर खड़िया हो गई सू दिखन गिया जी। खालसा जी सत श्रीकाल जी, आने तुम। हाँ जी गणेश भाई साहब तो अपने शिवेंद्र सिंह जी, तुम गुजरात मॉडल की गल कर रहे हो तो बहुत वधिया है, बैंक तो हजार करोड़ रुपया लोन लो तो मोदी का टोला उन्होंने हवाई जहाज चलाया हूं, एकू बड़ी कि मॉडल हो सकता, गुजरात मॉडल तो बहुत मशहूर है। थैंक यू जी, बिल्कुल सही गल कही है तुसी। है जी कांग्रेस दा हाथ किते ना किते अज तो महीना पहला 15 दिन पहला बहुत उपर गिणा जांदा सी, पर जो स्थितियां पैदा हो रही ने पंजाब दे विच राजनीतिक हालात कोई बहुते चंगे नहीं, उधर कांग्रेस दे भी जिहड़े ने ओह अकाली दल वर्गे हालात बणदे नजर आ रहे ने, ना वादे नभा पा रही है ना एडमिनिस्ट्रेशन दे पा रही है, कुछ नहीं कर पा रही। कांग्रेस दे विच जिहड़ी एक अंदरूनी खाना जंगी दा माहौल सी ना ओह तां सीगा पहलां भी, पर ओह ना दिखदा नहीं सी उस तरह जां दबा दित्ता जांदा सीगा, हुण जिवें चोणां नेड़े आ गईआं बहुत सारे लोग देखण लग गए भी एक तीजे फ्रंट लई जिहड़ी स्पेस खाली आ, जो कि पंजाब च सदा ही रही है जां कई सालां तों रही आए कह लो कि बनिया नहीं कदे कुछ, कई बार पिछली बार आम आदमी पार्टी के रूप सानू दिखिया गाहे बगाहे आम तौर से वोटा के मार्जन के तीजा फ्रंट सानू दिख जाता हूं, तो इस करके वो जो तीजे फ्रंट वाली स्पेस आनू भरन हर कोई उतावला, चाहे वह कैप्टन तो रुसे हुए कांग्रेसी हो गए समेत नवजोत सिंह सिद्धू दे, चाहे वह अकाली दल तो रुसे हुए हो गए, चाहे कोई इदा नवी पंथक राजनीति लिया की गल करने वाले हो गए, चाहे आ दीप सिद्धू या लखा सिधाना टाइप हो गए जो नौजवान हो गए हैं, तो कहने का मतलब की है कि पंजाब दे विच जे आप कहना हो टोटली जी दो वड्डियां पार्टियां जिन्हों पर मानते हैं भी अकाली दल मान लो ज कांग्रेस को भी पूरी तरह इस समय इन्हें एक पार्टी पूरी तरह समर्था भी यही दुबारे आऊगी जी। कांग्रेस पहला पछड़ी थी, पहला कोई विरोध नहीं था, क्योंकि कांग्रेस ने कोई काम कुम तो चंगा किया नहीं, आपको पता वो सिर्फ तो सिर्फ होर कोई पार्टियां उस तरह सानू स्थिति दिंदियां नहीं सी, कांग्रेस दिंदी सी, हुण कांग्रेस के खाना जंगी है, पर फिर भी मैनू लगता कि अकाली दल नालों हाले भी इहदी स्थिति ठीक है, पर यह खाना जंगी नूं कांग्रेस पार्टी कित्थों तक रोक सकू, क्योंकि इहदा वड्डा कारण कैप्टन अमरिंदर सिंह आ, कैप्टन अमरिंदर सिंह दे जिहड़े वड्डे नखरे ने वो यही ने कि मैं बादशाह सलामत है, मैं तो उदां ही राजिआं वर्गा हैगा, जिन्ना चिकर तुसीं अपने लीडरां नूं ना जमीनी पद्धर ते मिलोंगे नहीं ना जां उहनां दा राबता कायम नहीं करोंगे उहनां चिकर जिहड़ा तुहाडे समस्यावां रहणगीआं। सो हुण कांग्रेस की हाईकमान इहनूं जे किवें नजिठूगी जां कोई रावत वर्गा कोई बंदा विच पा के जां कोई होर बंदा विच पा के इहनूं जिहड़ा
ਸਮੱਸਿਆ ਨੂੰ ਹੱਲ ਕਰਾਊਗਾ। ਇਹ ਹੁਣ ਦੇਖਣਾ ਹੋਏਗਾ ਕਿਉਂਕਿ ਆਮ ਤੌਰ ਤੇ ਕਾਂਗਰਸ, ਮੈਨੂੰ ਤਾਂ ਲੱਗਦਾ ਨਹੀਂ ਵੀ ਰਾਵਤ ਵਰਗਾ ਕੋਈ ਕਰ ਲੂ। ਇਹ ਤਾਂ ਜੇ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਕੋਲੇ ਬਿਠਾ ਕੇ ਕਹਿਣ ਵੀ ਹਾਂ ਭਾਈ ਆ ਡੰਡਾ ਜਬ ਮਾਸਟਰਾਂ ਵਾਂਗੂ ਚੱਕ ਲੈਣ ਛੱਟੀ, ਫਿਰ ਤਾਂ ਭਾਵੇਂ ਕੰਮ ਲੋਟ ਆ ਜੇ। ਊਂ ਤਾਂ ਨਹੀਂ ਮੈਨੂੰ ਲੋਟ ਆਉਂਦਾ ਲੱਗਦਾ, ਕਿਉਂਕਿ ਕਾਂਗਰਸ ਦੀ ਇੱਕ ਸਮੱਸਿਆ ਰਹੀ ਹੈ ਨਾ ਕਿ ਕਾਂਗਰਸ ਦੀ ਜਿਹੜੀ ਹਾਈ ਕਮਾਨ ਹੈ ਨਾ ਉਹ ਖੁਦ ਸੂਬਿਆਂ ਵਿੱਚ ਨਾ ਦੋ ਧੜਾਂ ਬਣਾ ਕੇ ਸ਼ੁਰੂ ਤੋਂ ਬਣਾ ਕੇ ਰੱਖਦੀ ਰਹੀ ਆ ਵੀ ਇੱਕ ਸਾਡੇ ਤੇ ਭਾਰੂ ਨਾ ਹੋ ਜਾਏ ਹਾਈ ਕਮਾਂਡ ਦੇ ਉੱਤੇ ਕੋਈ ਬੰਦਾ, ਇੱਕ ਬੰਦਾ ਭਾਰੂ ਨਾ ਹੋ ਜਾਏ। ਉਹ ਹੁਣ ਕਿਤੇ ਨਾ ਕਿਤੇ ਜਿਹੜੀ ਹੁੰਦਾ ਕੀ ਹੈ ਕਾਂਗਰਸ ਪਾਰਟੀ ਨੂੰ ਹੀ ਉਸ ਸੂਬੇ ਵਿੱਚ ਸਮੱਸਿਆ ਖੜੀ ਕਰ ਦਿੰਦੀ ਦਿੰਦੇ ਹੈਗੇ ਨੇ। ਤੇ ਪੰਜਾਬ ਚਾਹੇ ਉਹ ਆਪਾਂ ਕੈਪਟਨ ਅਮਰਿੰਦਰ ਭੱਠਲ ਦੀ ਲੜਾਈ ਦੇਖ ਲਈਏ ਤਾਂ ਹੁਣ ਸਿੱਧੂ ਵਾਲੀ ਲੜਾਈ ਦੇਖ ਲਈਏ ਜਾਂ ਫਿਰ ਇਹਨੂੰ ਪਹਿਲਾਂ ਰਾਜਸਥਾਨ ਦੇ ਵਿੱਚ ਦੇਖ ਲਈਏ ਹੋਰਨਾਂ ਸੂਬਿਆਂ ਦੇ ਵਿੱਚ ਦੇਖ ਲਈਏ। ਇਹ ਕਿਉਂਕਿ ਸਾਰੀ ਸਮੱਸਿਆ ਪਹਿਲਾਂ ਤਾਂ ਸੈਂਟਰ ਦੀ ਇਹਨਾਂ ਦੀ ਕਮੇਟੀ ਦੀ ਕੀਤੀ ਹੋਈ ਆ, ਹਾਈ ਕਮਾਂਡ ਦੀ ਕੀਤੀ ਹੋਈ ਆ, ਉਹ ਫਿਰ ਕਈ ਵਾਰ ਹਾਈ ਕਮਾਂਡ ਦੇ ਲਈ ਹੀ ਖਤਰਾ ਪੈਦਾ ਕਰਨ ਵਾਲੀ ਗੱਲ ਹੋ ਜਾਂਦੀ ਹੈ ਜੀ। ਇਸ ਕਰਕੇ ਹੁਣ ਦੇਖਣਾ ਹੈਗਾ ਕਿ ਇਹਦੀ ਵੱਡੀ ਲੀਡਰਸ਼ਿਪ ਇਹਨੂੰ ਕਿਵੇਂ ਵਿਚਾਰੂਗੀ, ਕਿਉਂਕਿ ਹਾਲੇ ਟਾਈਮ ਹੈਗਾ ਜੇ ਸੰਭਾਲਣਾ ਹੋਵੇ ਤਾਂ ਸੰਭਾਲ ਸਕਦੇ ਆ ਜੀ। ਅੱਛਾ ਦੂਸਰੀ ਗੱਲ ਜੀ, ਮੈਂ ਅਗਲੀ ਖਬਰ ਤੇ ਅਗਲੀ ਕਾਲ ਲੈਣ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਗੁਜ਼ਾਰਿਸ਼ ਕਰਦਾ ਕਿ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਦੀ ਰੀਚ ਕਾਫੀ ਅੱਛੀ ਹੈ ਜੀ, ਕਿਉਂਕਿ ਫਾਈਨੈਂਸਿਸ ਅਸੀਂ ਜਨਰੇਟ ਕਰਨੇ ਹੁੰਦੇ ਆ ਥੋੜਾ ਥੋੜਾ ਕਰਕੇ, ਕਹਿੰਦੇ ਬੂੰਦ ਬੂੰਦ ਨਾਲ ਮਟਕਾ ਭਰ ਜਾਂਦਾ। ਸੋ ਇੱਕ ਤੁਹਾਡੇ ਵੀਰਾਂ ਨੇ ਸਲਾਹ ਮਸ਼ਵਰਾ ਵੀ ਦਿੱਤਾ, ਜੇ ਕਿਸੇ ਬੰਦੇ ਨੇ ਕਿਸੇ ਤਰ੍ਹਾਂ ਦਾ ਕਲਾਸੀਫਾਈਡ ਐਡ ਦੇਣੀ ਚਾਹੁੰਦੇ ਆ ਜਾਂ ਕਿਸੇ ਦਾ ਮੈਟ੍ਰੀਮੋਨੀਅਲ ਐਡ ਆ ਜਾਂ ਕਿਸੇ ਨੇ ਕੋਈ ਗੱਡੀ ਵੇਚਣੀ ਹੈ ਜਾਂ ਕਿਸੇ ਨੇ ਟਰੈਕਟਰ ਕੁਛ ਵੀ ਵੇਚਣਾ, ਤਾਂ ਉਹ 500 ਰੁਪਈਆ ਪ੍ਰਤੀ ਐਡ ਜਿਹੜੀ ਹੈ ਜੀ ਅਸੀਂ ਚਾਰਜ ਕਰਾਂਗੇ, ਤੁਸੀਂ ਸਾਨੂੰ ਜਿਹੜੀ ਆ ਭੇਜ ਸਕਦੇ ਹੋ ਗੂਗਲ ਪੇ ਦੇ ਜ਼ਰੀਏ ਜਾਂ ਕਿਸੇ ਵੀ ਤਰ੍ਹਾਂ ਪੇਮੈਂਟ ਸਾਨੂੰ ਭੇਜ ਸਕਦੇ ਹੋ ਅਤੇ ਨਾਲ ਉਹ ਜਿਹੜਾ ਐਡ ਵਾਲਾ ਮੈਟਰ ਆ ਤੁਸੀਂ ਸਾਨੂੰ ਭੇਜ ਸਕਦੇ ਹੋ। ਸੋ ਇਹਦੇ ਨਾਲ 500 ਰੁਪਈਏ ਦੇ ਨਾਲ ਤੁਹਾਡੀ ਜਿਹੜੀ ਤੁਸੀਂ ਹੋਰ ਵੀ ਕਿਤੇ ਐਡ ਕਰਨੀ ਆ ਹੋਰ ਕਰਨੀ ਆ ਸਾਨੂੰ ਨਾਲ ਦੀ ਨਾਲ ਜਿਹੜਾ ਇਹ ਰੈਵਨਿਊ ਵੀ ਜਨਰੇਟ ਹੋਏਗਾ, ਇਹਦੇ ਨਾਲ ਕਾਫੀ ਫਰਕ ਪੈ ਜਾਂਦਾ ਕਿਉਂਕਿ ਬਿਜਲੀ ਦੇ ਬਿੱਲ ਇੰਟਰਨੈਟ ਦੇ ਬਿੱਲ ਵਗੈਰਾ ਨਿਕਲ ਜਾਂਦੇ ਨੇ। ਸੋ ਕਿਉਂਕਿ ਤੁਹਾਨੂੰ ਪਤਾ ਕਰੋਨਾ ਦਾ ਦੌਰ ਹੈ ਇਹਦੇ ਵਿੱਚ ਕਿਉਂਕਿ ਵੱਡੀਆਂ ਐਡਵਰਟੀਜ਼ਮੈਂਟਸ ਜਿਹੜੇ ਨੇ ਬਿਜ਼ਨਸ ਬੜੇ ਸਲੋਅ ਨੇ, ਸੋ ਇਹਦੇ ਵਿੱਚ ਇੰਨਾ ਕੁ ਹੈਗਾ ਕਿ ਮੈਟ੍ਰੀਮੋਨੀਅਲ ਐਡ ਕਲਾਸੀਫਾਈਡ ਐਡ ਕੋਈ ਵੇਚਣ ਦੀ ਖਰੀਦਣ ਦੀ ਐਡ ਆ ਕੋਈ ਲੋੜਵੰਦ ਆ ਤਾਂ ਅਸੀਂ ਤੁਹਾਡੀ ਇੱਕ ਐਡ ਜਿਹੜੀ ਹੈ ਫੇਸਬੁੱਕ ਪੇਜ ਦੇ ਉੱਤੇ ਪਰ ਜਿਹੜਾ ਇੱਕ ਵਾਰੀ ਦੀ ਐਡ ਪਾਉਣ ਦਾ 500 ਰੁਪਏ ਤੁਹਾਡੇ ਤੋਂ ਚਾਰਜ ਕਰਾਂਗੇ। ਇਕਵਿੰਦਰ ਜੀ ਤੁਸੀਂ ਆਉਂਦੇ ਰਹੋ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸ਼ਵਿੰਦਰ ਜੀ, ਸਤਿ ਸ਼੍ਰੀ ਅਕਾਲ ਦਾਨੀਆਲੀਆ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ ਪਹਿਲਾਂ ਤਾਂ ਜੋ ਮਹਾਮਾਰੀ ਨਾਲ ਹੋ ਰਿਹਾ ਬੜਾ ਮਾੜਾ ਹੋ ਰਿਹਾ, ਜਿਵੇਂ ਦਾਨੀਆਲੀਆ ਸਾਹਿਬ ਤੁਸੀਂ ਗੱਲ ਕਰ ਰਹੇ ਸੀ ਵੀ ਇਟਲੀ ਜਾ ਕੇ ਆਪਣੇ 25-30 ਬੰਦੇ ਫੜੇ ਗਏ, ਚਲੋ ਉਹ ਤਾਂ ਭਾਰਤ ਦੀ ਥੋੜੀ ਜਿਹੀ ਸਿਆਣਪ ਆ ਵੀ ਇੱਥੋਂ ਚੜਾ ਤੇ ਵੀ ਚੱਲ ਇਟਲੀ ਵਾਲੇ ਸਾਂਭ ਲੈਣਗੇ। ਉਹ ਦੇਖੋ ਇਟਲੀ ਵਾਲਿਆਂ ਨੇ ਵੀ ਚੈੱਕ ਕੀਤਾ ਸਰ ਵਕਾਲਿਆ, ਕੈਨੇਡਾ ਚੋਂ ਪਿਛਲੇ ਆਪਣਾ ਜਿਹੜਾ ਦਸੰਬਰ ਮਹੀਨੇ ਤੋਂ ਲੈ ਕੇ ਜਿੰਨੇ ਲੋਕ ਇੱਧਰ ਨੂੰ ਆਏ ਆ ਤੁਹਾਡੇ ਇੰਡੀਆ ਨੂੰ ਜੀ, ਉਹਨਾਂ ਚੋਂ 70% ਲੋਕ ਉਹ ਆਏ ਆ ਜਿਹਨਾਂ ਨੇ ਇੱਥੇ ਜਿਹੜਾ ਸੀਗਾ ਨਾ ਵੀ ਆਪਾਂ ਇੱਥੋਂ ਕੈਨੇਡਾ ਚੋਂ ਕਰੋਨਾ ਟੈਸਟ ਦੀ ਵੀ ਰਿਪੋਰਟ ਲੈ ਕੇ ਨਾਲ ਚੜ੍ਹਨਾ ਵਾ ਫਿਰ ਆਪਾਂ ਦਿੱਲੀ ਆਉਣਾ ਪੈਣਾ ਵਾ। ਦਾਨੇ ਵਾਲੀਆ ਸਾਹਿਬ 70% ਲੋਕ ਉਹ ਬਗੈਰ ਰਿਪੋਰਟ ਤੇ ਆਏ ਨੇ ਜਿਹਨਾਂ ਚ ਸਾਡੇ ਵੀ 4 ਬੰਦੇ ਸੀਗੇ ਆਪਾਂ ਐਵੇਂ ਝੂਠ ਬੋਲੀਏ। ਦੱਸੋ ਜਿੰਨੇ ਬਜ਼ੁਰਗ ਸਾਡੇ ਇੱਥੋਂ ਗਏ ਨੇ ਸਾਡੇ ਆਲੇ ਦੁਆਲੇ ਮੁੰਡੇ ਜਿਹੜੇ ਮੇਰੇ ਨਾਲ ਕੰਮ ਕਰਦੇ ਜਾਣਦੇ ਨੇ, ਦੋ ਚਾਰਾਂ ਨੂੰ ਅਸੀਂ ਜਾਣਦੇ ਹਾਂ ਜਿਹਨਾਂ ਨੇ ਕਿ ਉਹ ਦੱਸਦੇ ਆ ਜੀ ਭਾਈ ਉੱਥੇ ਜਾ ਕੇ ਵੀਲ ਚੇਅਰ ਲੈ ਲਈ, ਇੱਥੇ ਟੈਕਟ ਦੇ ਨਾਲ ਵੀਲ ਚੇਅਰ ਲਵਾ ਲਈ, $50 ਉਹਨੂੰ ਫੜਾਓ, ਤੁਹਾਡੀ ਕਿਤੇ ਚੈੱਕਅਪ ਨਹੀਂ ਹੋਈ ਕੱਖ ਨਹੀਂ ਹੋਇਆ, ਸਭ ਬਾਹਰ ਤੁਹਾਡਾ ਸਰਟੀਫਿਕੇਟ ਤੁਹਾਡੇ ਹੱਥ 'ਚ ਜੀ। ਫਿਰ ਹੁਣ ਆਪਾਂ ਇਹਨੂੰ ਕਿਵੇਂ ਰੋਕ ਲਾਂਗੇ ਜੀ ਕਰੋਨਾ ਨੂੰ, ਕੀ ਕਰ ਲੂਗਾ ਸਾਡਾ ਮੁਲਕ? ਚਲੋ ਮੈਂ ਕਹਿੰਦਾ ਇਟਲੀ ਵਾਲਿਆਂ ਨੇ ਫਿਰ ਵੀ ਫੜ ਲਿਆ, ਇਹ ਸਾਡੇ ਵਾਲੇ ਤੋਂ ਕੰਟਰੋਲ ਨਹੀਂ ਹੋਣਾ। ਦੇਖੋ ਵੀ ਜੇ ਤੁਸੀਂ ਆਪਦੇ ਮੁਲਕ ਲਈ ਤਾਂ ਮਾੜੇ ਮੋਟੇ ਹੋ ਜਾਓ ਯਾਰ, ਏਅਰਪੋਰਟ ਤੇ ਤੁਸੀਂ ਇਕੱਲੀ ਲਾ ਲਓ ਤੰਗੀ ਵੀ ਭਾਈ ਏਅਰਪੋਰਟ ਤੋਂ ਆਪਾਂ ਇਹ ਬੰਦਾ ਨਹੀਂ ਆਉਣ ਦੇਣਾ। ਦਾਨੇਆਲੀਆ ਸਾਹਿਬ ਦੇਖੋ ਕਿੰਨੇ ਲੋਕ ਇੰਗਲੈਂਡ ਤੋਂ ਆ ਗਏ ਆ, ਉਹ ਹੋਇਆ ਵੋ ਹੋਇਆ, ਜੇ ਤੁਸੀਂ ਇਕੱਲਾ ਇੱਕ ਆਪਦੇ ਮੇਨ ਇੰਟਰਨੈਸ਼ਨਲ ਏਅਰਪੋਰਟ ਨਹੀਂ ਸਿਕਿਓਰ ਕਰ ਸਕਦੇ, ਬਾਕੀ ਪਾਸੇ ਤੁਸੀਂ ਕਿਵੇਂ ਮਾਸਕ ਮੁਸਕ ਲਵਾ ਲਓਗੇ ਜੀ, ਇਹ ਤਾਂ ਰੱਬ ਹੀ ਰਾਖਾ ਹੋਣ ਇੰਡੀਆ ਦਾ ਜੀ, ਕਿਵੇਂ ਕੰਟਰੋਲ? ਆਪਾਂ ਤਾਂ ਕਹਿੰਦੇ ਵੀ ਘਟੇ, ਸਾਰਾ ਕੁਛ ਘਟੇ ਜੀ, ਹਾਲਾਤ ਲੱਗਦੇ ਨੀ ਜੀ। ਦਾਨੇਆਲੀਆ ਸਾਹਿਬ ਇੱਕ ਗੱਲ ਹੋਰ ਆ ਜੀ, ਦੇਖੋ ਜਿਵੇਂ ਹੁਣ ਪਿਛਲੀ ਵਾਰੀ ਇਹਨਾਂ ਨੇ ਜਦੋਂ ਕਰੋਨਾ ਆਇਆ ਉਦੋਂ ਬੜਾ ਕੁਛ ਐਲਾਨ ਕੀਤਾ ਹੋਣਾ ਵੀ ਸਿਲੰਡਰ ਆਕਸੀਜਨ ਬਣਾਉਣ ਵਾਲੇ ਪਲਾਂਟ ਲਾ ਲਓ, ਉਹ ਲਾ ਲਓ ਜੀ, ਨਹੀਂ ਉਹ ਕੀਤਾ ਨੀ ਜੀ, ਸੁਪਰੀਮ ਕੋਰਟ ਨੂੰ ਨੀ ਦੱਸਿਆ ਨਹੀਂ ਕੀਤਾ ਜੀ, ਉਹ ਸਾਡਾ ਪੂਰਾ ਕੁਛ ਹੋਇਆ ਹੀ ਨਹੀਂ, ਉਹ ਕੀਤਾ ਹੀ ਨਹੀਂ ਜੀ ਐਲਾਨ, ਤਾਂ ਕੀਤਾ ਹੀ ਨਹੀਂ ਕੁਛ, ਰੌਲਾ ਤਾਂ ਐਲਾਨ ਕੀਤਾ ਹੀ ਨਹੀਂ ਜੀ ਭਾਈ, ਆਕਸੀਜਨ ਦੇ ਸਿਲੰਡਰ ਲਾ ਲਓ, ਇੱਥੇ ਤਾਂ ਤਾਲੀਆਂ ਥਾਲੀਆਂ ਵਜਾਈ ਗਈ ਹੈ, ਕਿਉਂ ਸ਼ਵਿੰਦਰ ਜੀ? ਬਿਲਕੁਲ ਦੂਸਰੀ ਗੱਲ ਕਰੀਏ ਆਪਾਂ, ਕਰੋਨਾ ਦੀ ਗੱਲ ਆ ਗਈ, ਕਰੋਨਾ ਨੇ ਬੜੀਆਂ ਸਖਸ਼ੀਅਤਾਂ ਜਿਹੜੀਆਂ ਨੇ, ਖਾਸ ਸਖਸ਼ੀਅਤਾਂ ਜਿਹੜੀਆਂ ਨੇ ਉਹ
ਉਹਨਾਂ ਨੂੰ ਵੀ ਆਪਦਾ ਸ਼ਿਕਾਰ ਲੈ ਲਿਆ। ਵੱਡੇ ਵੱਡੇ ਜੇ ਆਪਾਂ ਗੱਲ ਕਰੀਏ ਤਾਂ ਚੀਫ ਸੈਕਟਰੀ, ਹਾਈ ਕੋਰਟ ਦੇ ਜੱਜ, ਸੁਪਰੀਮ ਕੋਰਟ ਦੇ ਜੱਜ, ਉਹ ਵੀ ਇਫੈਕਟਿਵ ਹੋ ਰਹੇ ਨੇ। ਇੱਥੇ ਜਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਹ ਕਿਸੇ ਨੂੰ ਨਹੀਂ ਬਖਸ਼ਦਾ। ਜੀ, ਕਿਸੇ ਨੂੰ ਨਹੀਂ ਬਖਸ਼ਦਾ। ਅੱਜ ਦੀ ਜਿਹੜੀ ਸਟੇਟਮੈਂਟ ਹੈ ਨਾ ਦਿੱਲੀ ਹਾਈ ਕੋਰਟ ਦੀ, ਉਹ ਪੜ੍ਹਨ ਵਾਲੀ ਹੈ। ਉਹ ਕਹਿੰਦੇ ਕਿ ਐਂ ਲੱਗਦਾ ਕਿ ਜਿਵੇਂ ਜਿਹੜੀ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਲੋਕ ਮਰ ਜਾਣ। ਮਤਲਬ ਕਈ ਵਾਰ ਗਾਏ ਬਗਾਏ ਸਾਡੀਆਂ ਕੋਰਟਾਂ ਏਦਾਂ ਦਾ ਬਿਆਨ ਦੇ ਦਿੰਦੀਆਂ ਨੇ ਜੋ ਕਿ ਲੱਗਦਾ ਕਿ ਸਾਨੂੰ ਵੀ ਭਰੋਸਾ ਜਿਹਾ ਹੋ ਜਾਂਦਾ, ਲੋਕਾਂ ਨੂੰ ਵੀ ਦੇਖੋ ਜੀ ਕੋਰਟਾਂ ਥੋੜੀਆਂ ਜਿਉਂਦੀਆਂ ਹੈਗੀਆਂ ਨੇ ਤੇ ਕੋਰਟਾਂ ਇਹ ਬਣਾਈ ਰੱਖਣ ਦੇ ਇੱਕ ਦਸਤੂਰ ਵੀ ਹੁੰਦਾ। ਲੇਕਿਨ ਇਹ ਵੀ ਸੱਚ ਹੈ ਕਿ ਸਾਡੇ ਜਿਹੜੇ ਲੋਕਲ ਕੋਰਟਾਂ ਨੇ ਨਾ, ਸੂਬਾਈ ਕੋਰਟਾਂ ਨੇ, ਉਹਨਾਂ ਵਿੱਚ ਸਾਡੇ ਕੋਈ ਏਦਾਂ ਦੇ ਬੰਦੇ ਹੈਗੇ ਨੇ। ਸੁਪਰੀਮ ਕੋਰਟ ਦਾ ਜੋ ਹਾਲ ਹੋ ਗਿਆ ਉਹਦੇ ਬਾਰੇ ਤਾਂ ਕਦੇ ਫਿਰ ਗੱਲ ਕਰਾਂਗੇ। ਫਿਲਹਾਲ ਇਹ ਜਿਹੜਾ ਆਪਣੇ ਆਪ ਸਟੇਟਮੈਂਟ ਧਿਆਨ ਮੰਗਦੀ ਆ। ਬਾਕੀ ਇਹ ਗੱਲ ਸਹੀ ਹੈ ਕਿ ਕਈ ਸਾਰੇ ਜੱਜਾਂ ਦੀ, ਹਾਈ ਕੋਰਟਾਂ ਦੇ ਜੱਜਾਂ ਦੀ, ਸੁਪਰੀਮ ਕੋਰਟ ਦੇ ਜੱਜ ਦੀ, ਤੇ ਇੱਥੋਂ ਤੱਕ ਕਿ ਬੰਗਾਲ ਦੇ ਵਿੱਚ ਇਲੈਕਸ਼ਨ ਚੱਲ ਰਹੀ ਸੀ, ਉੱਥੇ ਇੱਕ ਟੀਐਮਸੀ ਦੇ ਵਿਧਾਇਕ ਦੀ ਮੌਤ ਹੋਈ ਹੈ। ਇਹਦੇ ਨਾਲ ਹੀ ਰੋਹਿਤ ਸਰਦਾਨਾ, ਜੋ ਕਿ ਨਰਿੰਦਰ ਮੋਦੀ ਦੀ ਪੱਤਰਕਾਰੀ ਨੂੰ ਲਗਾਤਾਰ, ਨਰਿੰਦਰ ਮੋਦੀ ਦੀ ਸਰਕਾਰ ਨੂੰ ਆਪਣੀ ਪੱਤਰਕਾਰੀ ਰਾਹੀਂ ਲਗਾਤਾਰ ਵਧੀਆ ਠਹਿਰਾਉਂਦਾ ਆਇਆ, ਜਸਟੀਫਾਈ ਠਹਿਰਾਉਂਦਾ ਕਰਦਾ ਆਇਆ, ਉਹਦੀ ਮੌਤ ਹੋ ਗਈ ਕੋਰੋਨਾ ਨਾਲ ਹੋ ਗਈ। ਪਿਛਲੇ ਸਮੇਂ ਦੇ ਵਿੱਚ ਉਹਨੇ ਸਾਰੇ ਉਹੀ ਚੀਜ਼ਾਂ ਜਿਹੜੀਆਂ ਹੈਗੀਆਂ ਅੱਗੇ ਲਿਆਂਦੀਆਂ ਕਿ ਦੇਖੋ ਜੀ ਮੋਦੀ ਸਾਹਿਬ ਤਾਂ ਵਧੀਆ ਕਰ ਰਹੇ ਨੇ। ਲੇਕਿਨ ਹੁਣ ਉਹਨੂੰ ਆਪ ਨੂੰ ਸਮੱਸਿਆ ਆਈ ਤੇ ਉਹ ਵਿਚਾਰਾ ਚਲਿਆ ਗਿਆ, ਤੇ ਉਹ ਕਹਿੰਦੇ ਆ ਕਿ ਜਿਸ ਤਰ੍ਹਾਂ ਲਾ ਕੇ ਸੋਈ ਜਾਣੇ। ਇਸੇ ਤਰ੍ਹਾਂ ਇੱਕ ਹਿੰਦੀ ਦੇ ਕਵੀ ਸੀਗੇ ਕੁਮਰ, ਉਹ ਵੀ ਅਸਲ ਵਿੱਚ ਕੋਰੋਨਾ ਤੋਂ ਪ੍ਰਭਾਵਿਤ ਹੋ ਗਏ, ਉਹਨਾਂ ਦੀ ਡੈਥ ਹੋ ਗਈ। ਕਾਫੀ ਵੱਡਾ ਨਾਂ ਸੀਗਾ ਉਹਨਾਂ ਦਾ, ਸੋ ਸਾਹਿਤ ਜਗਤ ਦੇ ਵਿੱਚ ਇੱਕ ਵੱਡਾ ਨਾਂ ਸੀ। ਨੋਇਡਾ ਦੇ ਵਿੱਚ ਉਹਨਾਂ ਦੀ ਡੈਥ ਹੋਈ ਆ, ਯੂਪੀ ਦੇ ਵਿੱਚ ਬਹੁਤ ਸਾਰੀਆਂ ਮੌਤਾਂ ਹੋਈਆਂ ਨੇ। ਇਹਦੇ ਨਾਲ ਹੀ ਤੁਹਾਨੂੰ ਯਾਦ ਹੋਣਾ ਕਿ ਇੱਕ ਨਿਸ਼ਾਨੇਬਾਜ਼ ਦਾਦੀ ਹੈ ਜਿਹੜੀ, ਜਿਹਦੇ ਉੱਤੇ ਇੱਕ ਫਿਲਮ ਵੀ ਬਣ ਚੁੱਕੀ ਹੈ, ਬਿਲਕੁਲ ਬਿਲਕੁਲ, ਉਹਨਾਂ ਦੀ ਜਿਹੜੀ ਹੈਗੀ ਆ ਮੌਤ ਵੀ ਕੋਰੋਨਾ ਦੇ ਨਾਲ ਹੋਈ ਹੈ। ਇਹ ਦੁਖਦਾਇਕ ਖਬਰਾਂ ਸਾਡੇ ਕੋਲ ਆ ਰਹੀਆਂ ਨੇ। ਚੰਦਰੋ ਤੋਮਰ ਸੀ ਜਿਹਨਾਂ ਦਾ ਨਾਂ, ਉਹ ਤਾਂ ਕਿ ਉਹਨਾਂ ਦੇ ਉੱਤੇ ਫਿਲਮ ਵੀ ਬਣੀ ਹੈ, ਉਹਨੇ ਕਿਵੇਂ ਸਾਰੀ 65 ਸਾਲ ਦੀ ਉਮਰ ਵਿੱਚ ਉਹਨੇ ਨਿਸ਼ਾਨੇਬਾਜ਼ੀ ਚ ਕੁੱਦੀ, ਉਹ ਉੱਥੋਂ ਉਦੋਂ ਫਿਰ ਉਹਨੂੰ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਪਰਿਵਾਰਕ ਮਰਦਾਂ ਦਾ। ਲੇਕਿਨ ਉਹਨੇ ਜਿਹੜਾ ਆਪਣਾ ਇੱਕ ਮੁਕਾਮ ਬਣਾਇਆ। ਲੇਕਿਨ ਇਸ ਤਰ੍ਹਾਂ ਦੇ ਜਿਹੜੇ ਬੰਦੇ ਨੇ, ਜਿਹਨਾਂ ਬੰਦਿਆਂ ਨੂੰ ਆਪਾਂ ਇਹ ਕਹਿੰਦੀ ਹੈ ਨਾ ਕਿ ਸਮਾਜ ਲਈ ਕੁਛ ਕੀਤਾ, ਉਹ ਬੰਦੇ ਜਾ ਰਹੇ ਹੈਗੇ ਨੇ। ਤੇ ਇੱਕ ਪੱਤਰਕਾਰੀ ਦੀ ਗੱਲ ਕੀਤੀ, ਦੁਨੀਆ ਭਰ ਦੇ ਵਿੱਚ ਜਿੰਨੀਆਂ ਪੱਤਰਕਾਰਾਂ ਦੀਆਂ ਮੌਤਾਂ ਹੋਈਆਂ, ਇੱਕ ਜਨੇਵਾ ਦੀ ਰਿਪੋਰਟ ਆਈ ਹੈ ਉਹਨਾਂ ਦੇ ਉਸਦੇ ਸੰਗਠਨ ਦੀ ਕਿ ਤੀਜਾ ਨੰਬਰ ਭਾਰਤ ਦਾ ਵਾ ਦੁਨੀਆ ਭਰ ਚ ਮਰਨ ਵਾਲੇ ਪੱਤਰਕਾਰਾਂ ਦੇ ਵਿੱਚੋਂ ਤੀਜੇ ਨੰਬਰ ਤੇ ਭਾਰਤੀ ਪੱਤਰਕਾਰ ਆਉਂਦੇ ਨੇ ਕੋਰੋਨਾ ਕਰਕੇ ਮਰਨ ਵਾਲੇ। ਦੱਸੋ, ਤੇ ਹੁਣ ਆਪਾਂ ਬੰਗਾਲ ਵੱਲ ਦਾ ਰੁਖ ਕਰ ਲਈਏ ਜੀ। ਤੇ ਜੀ ਬੰਗਾਲ ਦਾ ਇੱਕ ਆ ਗਿਆ ਸਮਝ ਲਓ ਵੀ ਚੋਣ ਵੀ ਜਿਹੜੀ ਹੈਗੀ ਆ ਉਹਦੀ ਆਪਾਂ ਗੱਲ ਕਰੀਏ ਤਾਂ ਆਖਰੀ ਗੇੜ ਦੇ ਵਿੱਚ 76% ਪੋਲਿੰਗ ਹੋਈ ਹੈ ਜੀ। ਵੋਟਾਂ ਦੀ ਗਿਣਤੀ 2 ਮਈ ਨੂੰ ਹੈ, ਠੀਕ ਹੈ। ਐਗਜ਼ਿਟ ਪੋਲ ਦੇ ਉੱਤੇ ਵੀ ਚਰਚਾਵਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਹੁਣ ਜੀ ਬੰਗਾਲ ਦੇ ਵਿੱਚ। ਇਵੇਂ ਗੱਲ ਕਿ 2 ਤਰੀਕ ਨੂੰ ਤਾਂ ਸਾਰਾ ਕੁਛ ਪਤਾ ਲੱਗ ਜਾਣਾ। ਐਗਜ਼ਿਟ ਪੋਲ ਨੇ ਜਿਹੜੇ ਉਹਨਾਂ ਦੇ ਉੱਤੇ ਵਿਸ਼ਵਾਸ ਬਹੁਤਾ ਹੁੰਦਾ ਨੀ ਸਾਨੂੰ। ਜੇ ਤਾਂ ਜਿਹੜੀ ਰਾਜ ਕਰਦੀ ਹੋਈ ਪਾਰਟੀ ਆ ਉਹ ਵੀ ਜੇ ਕਿਸੇ ਐਗਜ਼ਿਟ ਪੋਲ ਦੇ ਵਿੱਚ ਪਿੱਛੇ ਹੋ ਜਾਵੇ ਨਾ, ਉਹ ਕਹਿ ਦਿੰਦੀਆਂ ਕਿ ਝੂਠੇ ਆ। ਜੇ ਉਹ ਅੱਗੇ ਹੋ ਜਾਵੇ ਫਿਰ ਕਹਿੰਦੀ ਸੱਚੇ ਆ। ਸੋ ਮਤਲਬ ਕਹਿਣ ਦਾ ਕਿ 100% ਉਹ ਵੀ ਯਕੀਨ ਨੀ ਕਰਦੀ। ਹੁਣ ਜਿਹੜੇ ਐਗਜ਼ਿਟ ਪੋਲ ਆ ਰਹੇ ਨੇ ਹਾਲ ਦੀ ਕਦੀ ਤਾਂ ਮਮਤਾ ਬੈਨਰਜੀ ਨੂੰ ਅੱਗੇ ਦਿਖਾ ਰਹੇ ਨੇ, ਸਿਰਫ ਇੱਕ ਰਿਪਬਲਿਕ ਦਾ ਜਿਹੜਾ ਪੋਲ ਹੈ ਉਹਨੂੰ ਛੱਡ ਕੇ। ਕਿਉਂਕਿ ਰਿਪਬਲਿਕ ਵਾਲਾ ਜਿਹੜਾ ਪੋਲ ਹੈ ਉਹ ਬੀਜੇਪੀ ਨੂੰ ਦੇ ਰਿਹਾ ਹੈਗਾ ਵਾ 148 ਤੱਕ ਸੀਟਾਂ ਦੇ ਰਿਹਾ ਹੈਗਾ, ਤੇ ਬਾਕੀ ਜਿਹੜੇ ਉਹ 133 ਮਮਤਾ ਬੈਨਰਜੀ ਦੀ ਟੀਐਮਸੀ ਨੂੰ ਦੇ ਰਿਹਾ। ਬਾਕੀ ਸਾਰੇ ਚੈਨਲ ਨੇ ਜਿਹੜੇ ਉਹ ਮਮਤਾ ਨੂੰ ਅੱਗੇ ਦੱਸ ਰਹੇ ਨੇ ਹੈਗੇ ਨੇ, 158 ਸੀਟਾਂ ਤੱਕ ਉਹਨੂੰ ਦੇ ਰਹੇ ਨੇ, ਕੋਈ 164 ਦੇ ਰਿਹਾ ਹੈਗਾ। ਸੋ ਇਸ ਕਰਕੇ ਆਸਾਮ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਉਣ ਦੇ ਲਗਭਗ ਸਾਰੇ ਚੈਨਲ ਦਿਖਾਈ ਦੇ ਰਹੇ ਨੇ। ਕਾਂਗਰਸ ਨੂੰ ਕੋਈ ਵੀ 64 ਤੋਂ ਵੱਧ ਸੀਟ ਨਹੀਂ ਦੇ ਰਿਹਾ, ਬੀਜੇਪੀ ਨੂੰ ਜਿਹੜਾ 85 ਤੱਕ ਸੀਟਾਂ ਦਿੱਤੀਆਂ ਜਾ ਰਹੀਆਂ ਹੈਗੀਆਂ ਨੇ। ਤੇ ਕੇਰਲ ਦੇ ਵਿੱਚ ਦੁਬਾਰੇ ਖੱਬਾ ਫਰੰਟ ਆਊਗਾ, ਉਹਦੇ ਖੱਬੇ ਫਰੰਟ ਦੀ ਲਗਭਗ ਸਾਰਿਆਂ ਨੇ ਮੋਹਰ ਲਾ ਦਿੱਤੀ, ਹਾਲਾਂਕਿ ਉਹ ਜ਼ਮੀਨੀ ਹਕੀਕਤ ਦੇ ਤੌਰ ਤੇ ਪਹਿਲਾਂ ਹੀ ਕਿ ਉੱਥੇ ਵਿਰੋਧੀ ਕੋਈ ਪਾਰਟੀ ਇੰਨੀ ਤਕੜੀ ਹੈ ਨੀਗੀ, ਕਿਉਂਕਿ ਓਬੀਸੀ ਕਾਂਗਰਸ ਇਹਨਾਂ ਦਿਨਾਂ ਦੀ ਫਾਰਮ ਦੇ ਵਿੱਚ ਹੈ ਨੀਗੀ। ਤੇ ਬੀਜੇਪੀ ਦਾ ਵੈਸੇ ਕੋਈ ਉਧਾਰ ਨੀ, ਬੀਜੇਪੀ 3-4 ਸੀਟ ਲੈ ਜੇ ਤਾਂ ਬਹੁਤ ਵੱਡੀ ਗੱਲ ਹੋਊਗੀ ਉੱਥੋਂ ਜੀ। ਤੇ ਤਾਮਿਲਨਾਡੂ ਦੇ ਵਿੱਚ ਵੀ ਉੱਥੇ ਕਾਂਗਰਸ ਦੇ ਨਾਲ ਜਿਹੜਾ ਗੱਠਜੋੜ ਹੈਗਾ, ਲੋਕਲ ਪਾਰਟੀ ਚਾਹੇ ਡੀਐਮਕੇ ਦੀ ਗੱਲ ਕਰੀਏ ਆਪਾਂ, ਡੀਐਮਕੇ ਨੂੰ ਤੇ ਕਾਂਗਰਸ ਦੇ ਗੱਠਜੋੜ ਨੂੰ ਅੱਗੇ ਅੱਗੇ ਦਿਖਾਇਆ ਗਿਆ ਹੈਗਾ। ਇਹਦੇ ਵਿੱਚ ਵੀ ਆਮ ਤੌਰ ਤੇ ਸਾਫ਼ ਹੀ ਹੈ, ਕਿਉਂਕਿ ਉਹਦਾ ਕਾਰਨ ਹੈ ਕਿ ਹਾਲਾਂਕਿ ਪੱਤਰਕਾਰੀ ਦੇ ਅਸੂਲ ਨਾਲ ਆਪਾਂ ਸਾਫ਼ ਕਹਿ ਨੀ ਸਕਦੇ, ਪਰ ਉੱਥੇ ਦਿਖਦੀ ਕਿਹੜੀ ਤਸਵੀਰ ਦਿਖਦੀ ਹੈ ਕਿ ਮਜ਼ਬੂਤ ਹੈ ਗੱਠਜੋੜ। ਤੇ ਇਸੇ ਤਰ੍ਹਾਂ ਨਾਲ ਪੌਂਡੀਚਰੀ ਦੇ ਵਿੱਚ, ਪੌਂਡੀਚਰੀ ਇੱਕ ਕੇਂਦਰੀ ਸ਼ਾਸਤ ਪ੍ਰਦੇਸ਼ ਆ,
ਪੌਂਡੀਚੇਰੀ ਵਿੱਚੋਂ ਦਿਖਾਈ ਦੇ ਰਿਹਾ ਕਿ ਕਾਂਗਰਸ ਦੇ ਜੋ ਐਗਜ਼ਿਟ ਪੋਲ ਕਹਿ ਰਹੇ ਨੇ, ਹਾਲਾਂਕਿ ਤਸਵੀਰ 2 ਤਰੀਕ ਨੂੰ ਪਤਾ ਲੱਗੇਗੀ ਕਿਉਂਕਿ ਉੱਥੇ ਫਸਵਾਂ ਮੁਕਾਬਲਾ, ਪਰ ਐਗਜ਼ਿਟ ਪੋਲ ਦੇ ਮੁਤਾਬਕ ਕਾਂਗਰਸ ਦੇ ਕੋਲੋਂ ਹੁਣ ਸੱਤਾ ਖੋਹੀ ਜਾ ਰਹੀ ਹੈ, ਖੋਹੀ ਜਾ ਰਹੀ ਚਲੀ ਗਈ ਜੀ। ਪਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਐਗਜ਼ਿਟ ਪੋਲ ਕੀ ਬੋਲਦੇ ਨੇ, ਭਾਜਪਾ ਕੀ ਬੋਲਦੀ ਹੈ, ਕਿਉਂਕਿ ਇਹ ਵੀ ਗੱਲਾਂ ਚਰਚਾ ਨੇ। ਕਹਿੰਦੇ ਲੋਕ ਕਹਿੰਦੇ ਕਿ ਜੇ ਅਮਰੀਕਾ ਦੇ ਵਿੱਚੋਂ ਟਰੰਪ ਸਾਹਿਬ ਗਏ ਤਾਂ ਕੋਵਿਡ ਚਲਾ ਗਿਆ, ਹੈਂਜੀ ਰੈਲੀਆਂ ਟਰੰਪ ਸਾਹਿਬ ਵੀ ਕਰਦੇ ਰਹੇ ਅਤੇ ਰੈਲੀਆਂ ਸਾਡੇ ਪ੍ਰਧਾਨ ਮੰਤਰੀ, ਕਹਿੰਦੇ ਬੜਾ ਇੱਕ ਦੂਜੇ ਦਾ ਕਈ ਗੱਲਾਂ ਦੇ ਵਿੱਚ ਤਾਲਮੇਲ ਸੀ, ਟੈਲੀਪੈਥੀ ਸੀ ਕਹਿੰਦੇ ਇਹਨਾਂ ਦੋਹਾਂ ਦੀ। ਹਾਂ ਕਿਉਂਕਿ ਇੱਕ ਤਾਂ ਲੱਛਣ ਸਾਫ਼ ਹੀ ਹੈ ਨਾ ਕਿ ਉਹ ਵੀ ਤਾਨਾਸ਼ਾਹ ਹੈ, ਇਹ ਵੀ ਤਾਨਾਸ਼ਾਹ ਰੁਚੀਆਂ ਦਾ ਹੈਗਾ, ਸੋ ਇਸ ਕਰਕੇ ਤਾਨਾਸ਼ਾਹ ਰੁਚੀਆਂ ਵਾਲੇ ਬੰਦੇ ਆਪਸ ਵਿੱਚ ਮਿਲ ਜਾਂਦੇ ਨੇ, ਬਹੁਤ ਕੁਛ ਮਿਲ ਜਾਂਦਾ, ਉਹ ਇੱਕ ਤਰ੍ਹਾਂ ਦੇ ਮਸੇਰੇ ਭਾਈ ਵੀ ਹੁੰਦੇ ਹੈਗੇ ਨੇ। ਸੋ ਇਸੇ ਤਰ੍ਹਾਂ ਦਾ ਰਿਸ਼ਤਾ ਨਰਿੰਦਰ ਮੋਦੀ ਦਾ ਹੀ ਹੈ, ਇਸੇ ਤਰ੍ਹਾਂ ਦਾ ਰਿਸ਼ਤਾ ਟਰੰਪ ਦਾ ਹੈ। ਹੁਣ ਗੱਲ ਇਹ ਹੈ ਕਿ ਟਰੰਪ ਦੇ ਸਮੇਂ ਵਿੱਚ ਵੀ ਜਿਹੜਾ ਅਮਰੀਕਾ ਦੇ ਵਿੱਚ ਸਾਰਾ ਕੁਛ ਹੋਇਆ, ਕਿਉਂਕਿ ਦੇਖੋ ਨਾ ਹੁਣ ਬਾਈਡਨ ਆਇਆ, ਉਹਨੇ ਕਾਫੀ ਹੱਦ ਤੱਕ ਉਹਨੂੰ ਕੰਟਰੋਲ ਕਰਨ ਦੀਆਂ ਖ਼ਬਰਾਂ ਆ ਰਹੀਆਂ ਅਮਰੀਕਾ ਦੇ ਵਿੱਚ, ਤੇ ਟਰੰਪ ਦੇ ਸਮੇਂ ਦੇ ਵਿੱਚ ਉਹਨੇ ਪਹਿਲਾਂ ਤਾਂ ਖੁਦ ਵੀ ਉਹਨੇ ਮਾਸਕ ਨਹੀਂ ਲਾਇਆ ਹੈਗਾ ਸੀਗਾ, ਤੇ ਉਹਦਾ ਉਹਨੂੰ ਟਿੱਚਰਾਂ ਕਰਦਾ ਰਿਹਾ, ਫਿਰ ਉਹ ਆਪ ਪ੍ਰਭਾਵਿਤ ਹੋਇਆ, ਸਾਨੂੰ ਇਹ ਵੀ ਪਤਾ ਹੈਗਾ। ਸੋ ਇਸ ਤਰ੍ਹਾਂ ਮਤਲਬ ਏਦਾਂ ਹੀ ਗੈਰ ਗੰਭੀਰ ਕੰਮ ਸਾਡੀ ਮੌਜੂਦਾ ਹਕੂਮਤ ਕਰਦੀ ਰਹੀ ਹੈਗੀ ਆ, ਤੇ ਹੁਣ ਇਹਦੇ ਨਾਲ ਇਹ ਤਾਂ ਨਹੀਂ ਵੀ ਜੇ ਮਤਲਬ ਇਹ ਚੋਣਾਂ ਦੇ ਵਿੱਚੋਂ ਮੋਦੀ ਦੀ ਹਾਰ ਹੂਰ ਹੋ ਜਾਂਦੀ ਆ ਵੀ ਮੋਦੀ ਦੇ ਅਕਲ ਆ ਜਾਊ, ਕਿਉਂਕਿ ਸੰਘ ਦੀ ਇੱਕ ਆਈਡੀਓਲੋਜੀ ਹੈਗੀ ਆ ਕਿ ਕੋਈ ਗੱਲ ਨੀ ਜੇ ਸੂਬੇ ਹਾਰ ਕੇ ਕੋਈ ਚੱਕਰ ਨੀ, ਪਰ ਅਸੀਂ ਆਪਣਾ ਗਰਾਊਂਡ ਤਕੜਾ ਕਰਨਾ ਹੈਗਾ, ਅਗਲੀ ਵਾਰ ਆ ਜਾਵਾਂਗੇ। ਕਿਉਂਕਿ ਜਿਵੇਂ ਹੁਣ ਬੰਗਾਲ ਦੇ ਵਿੱਚ ਵੀ ਮੈਨੂੰ ਮੇਰੀ ਦੋਸਤ ਦੱਸ ਰਹੀ ਸੀਗੀ ਪਿਛਲੇ ਹਫ਼ਤੇ ਮੈਂ ਗੱਲ ਕੀਤੀ ਸੀ ਕਿ 15-20 ਦਾ ਫਰਕ ਰਹਿਣਾ 20 ਸੀਟਾਂ ਦਾ, ਪਰ ਜੇ 20 ਸੀਟਾਂ ਦੇ ਵਿੱਚ ਹਾਰ ਵੀ ਗਈ ਤਾਂ ਬੀਜੇਪੀ ਇਹ ਕੋਸ਼ਿਸ਼ ਵਿੱਚ ਹੈ ਕਿ ਜਿਹੜਾ ਅਸੀਂ ਪੂਰੀ ਮਿਹਨਤ ਕੀਤੀ ਆਰ ਐਸ ਐਸ ਨੇ, ਅਗਲੇ ਸਾਲ ਉਹ ਫਸਲ ਸਾਡੀ ਪੱਕ ਜਾਵੇ, ਅਗਲੀ ਵਾਰ ਪੱਕ ਜਾਵੇ ਸਾਡੀ ਫਸਲ। ਬਿਲਕੁਲ, ਉਹ ਕਿਉਂਕਿ ਇਹ ਬੜੇ ਸ਼ਰੂਡ ਨੇ ਕਈ ਮਾਮਲਿਆਂ ਦੇ ਉੱਤੇ, ਬਾਏ ਕਹਿੰਦਾ ਬਾਏ ਹੁੱਕ ਔਰ ਕਰੁੱਖ, ਹਾਂਜੀ ਬਿਲਕੁਲ, ਹਾਂ 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 ਜੀ। ਸੋ ਹੋਰ ਕੁਝ ਖਾਸ ਜੀ ਜਾਣ ਤੋਂ ਪਹਿਲਾਂ? ਇਸ ਤੋਂ ਪਹਿਲਾਂ ਕੁਝ ਖ਼ਬਰਾਂ ਧਿਆਨ ਮੰਗਦੀਆਂ ਨੇ ਆਪਣਾ ਗਾਨਿਆਂ ਦੀ ਸਭ, ਜਿਵੇਂ ਕਿ ਮੋਦੀ ਤੋਂ ਅਸਤੀਫਾ ਮੰਗਣ ਦੀ ਇੱਕ ਨਾ ਮੁਹਿੰਮ ਚੱਲੀ ਸੀਗੀ ਟਵਿੱਟਰ ਦੇ ਉੱਤੇ ਤੇ ਫੇਸਬੁੱਕ ਉੱਤੇ ਵੀ ਚੱਲੀ ਸੀ, ਉਹ ਫੇਸਬੁੱਕ ਨੇ ਉਹ ਸਾਰੀਆਂ ਪੋਸਟਾਂ ਹੀ ਬਲੌਕ ਕਰਕੇ ਰੱਖ ਦਿੱਤੀਆਂ ਜੀ, ਤੇ ਇੱਥੋਂ ਫੇਸਬੁੱਕ ਕਿੰਨੀ ਕੁ ਇਮਾਨਦਾਰ ਹੈ ਉਹ ਸਾਨੂੰ ਪਤਾ ਲੱਗਦਾ। ਇਦੋਂ ਪਹਿਲਾਂ ਟਵਿੱਟਰ ਨੇ ਵੀ ਕਈ ਸਾਰੇ ਅਕਾਊਂਟ ਜਿਹੜੇ ਹੈਗੇ ਆ ਉਹਨਾਂ ਤੇ ਰੋਕ ਲਾ ਦਿੱਤੀ ਸੀ, ਉਹਦੇ ਵਿੱਚੋਂ ਕਹਿੰਦੇ ਕਹੋਂ ਦੇ ਮੀਡੀਆ ਗਰੁੱਪਾਂ ਦੇ ਵੀ ਜਿਹੜੇ ਕਿ ਸਵਾਲ ਕਰਦੇ ਸੀ ਮੋਦੀ ਸਰਕਾਰ ਨੂੰ, ਉਹਨਾਂ ਨੂੰ ਵੀ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਘੇਰਿਆ ਗਿਆ। ਬਾਕੀ ਕਿਸਾਨ ਮੋਰਚੇ ਦੇ ਅੰਦਰ ਰੌਣਕਾਂ ਫੇਰ ਲੱਗਣ ਲੱਗੀਆਂ ਨੇ, ਤੇ ਕਿਸਾਨ ਮੋਰਚੇ ਨੂੰ ਜਿਹੜੀਆਂ ਵੰਗਾਰਾਂ ਵੀ ਉਸੇ ਤਰ੍ਹਾਂ ਖੜੀਆਂ ਹੈਗੀਆਂ ਨੇ, ਜਿਹਨੂੰ ਪਖੌਰੂ ਬਹੁ ਟੋਲਾ ਕਹਿੰਦੇ ਆ, ਸੋ ਦੇਖਦੇ ਹਾਂ ਕਿ ਕਿਸਾਨ ਮੋਰਚਾ ਇਹਦੇ ਵਿੱਚੋਂ ਕਿੰਨਾ ਕੁ ਨਿਕਲ ਕੇ ਆਉਂਦਾ ਬਾਹਰ ਜੀ। ਸੋ ਕੀ ਲੱਗਦਾ ਜਿਵੇਂ ਤੁਸੀਂ ਦੀਪ ਸਿੱਧੂ ਆਪਣੀਆਂ ਇੰਟਰਵਿਊਜ਼ ਦੇ ਵਿੱਚ, ਉਹਨੇ ਪਹਿਲੀ ਇੰਟਰਵਿਊ ਆਪਣੇ ਹੀ ਚੈਨਲ ਦੇ ਉੱਤੇ ਦਿੱਤੀ ਹੈ, ਕਿਉਂਕਿ ਜਿਹੜਾ ਔਨ ਏਅਰ ਚੈਨਲ ਹੈ ਉਹਦੇ ਵਿੱਚ ਉਹਦਾ ਮਨਦੀਪ ਸਿੱਧੂ ਭਾਈ ਹਿੱਸੇਦਾਰ ਹੈ, ਕਿਉਂਕਿ ਇਹ ਕੰਪਨੀ ਜਿਹੜੀ ਉਹ ਹੁਣ ਸਪਸ਼ਟ ਤੌਰ ਦੇ ਉੱਤੇ ਹੋ ਗਿਆ, ਕਿਉਂਕਿ ਔਨ ਰਿਕਾਰਡ ਆ ਗਈਆਂ ਚੀਜ਼ਾਂ ਆਪਾਂ ਇਹਨੂੰ ਕਹਿ ਸਕਦੇ ਹਾਂ, ਜਿਹੜੇ ਇਹਨਾਂ ਦੇ ਫਿਲਮਾਂ ਦੇ ਪ੍ਰਮੋਟਰ ਨੇ ਪਟਿਆਲੇ ਵਾਲੇ ਮਿਸਟਰ ਦੇਵਗਨ, ਹੈਂਜੀ 4-5 ਬੰਦੇ ਸ਼ਰੇਆਮ, ਆਪਾਂ ਨੂੰ ਪਤਾ ਕਿ ਕਿਹਦੀ ਇਨਵੈਸਟਮੈਂਟ ਹੈ ਇਸ ਔਨ ਏਅਰ ਦੇ ਵਿੱਚ, ਸਭ ਤੋਂ ਪਹਿਲਾਂ ਉਸਨੂੰ ਇੰਟਰਵਿਊ ਦਿੱਤੀ ਜਾਂਦੀ ਹੈ ਔਨ ਏਅਰ ਚੈਨਲ ਨੂੰ, ਇਹਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਜਿਵੇਂ ਗੱਲਬਾਤ ਕੀਤੀ ਹੈ ਉੱਥੋਂ ਉਹਨਾਂ ਦੀ ਇੱਕ ਝਲਕ ਪੈਦਾ ਹੁੰਦੀ ਹੈ ਰਾਜਸੀ ਲਲਕ ਦੀ? ਦੇਖੋ ਪਹਿਲੀ ਗੱਲ ਤਾਂ ਇੰਟਰਵਿਊ ਲੈਣ ਵਾਲੇ ਨੂੰ ਵੀ ਮੈਂ ਕੋਈ ਪੱਤਰਕਾਰ ਨਹੀਂ ਸਮਝਦਾ ਹੈ, ਚਲੋ ਦੇਣ ਵਾਲੇ ਦੇ ਬਾਰੇ ਤੁਹਾਨੂੰ ਪਤਾ ਹੀ ਹੈ, ਉਹ ਸਰੋਤੇ ਸਾਡੇ ਆਪ, ਚਲੋ ਤਾਂ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਉਹਨਾਂ ਦਾ ਆਪਣਾ ਖੁਦ ਦਾ ਚੈਨਲ ਹੈ, ਹੈਂਜੀ ਪਰ ਉਹਦੇ ਵਿੱਚ ਵੀ ਇੱਕ ਸ਼ਿਸ਼ਟਾਚਾਰ ਹੁੰਦਾ ਨਾ, ਮੰਨ ਲਓ ਕਿ ਤੁਹਾਡਾ ਇੱਥੇ ਆਪਣਾ ਚੈਨਲ ਆ ਪਰ ਤੁਸੀਂ ਆਪਣੇ ਢੰਗ, ਤੁਹਾਡੇ ਤੇ ਬੰਦਿਸ਼ਾਂ ਵੀ ਹੋਣਗੀਆਂ ਮੰਨ ਲਓ ਹੈ ਤੁਹਾਡੇ ਮਾਲਕਾਂ ਦੀਆਂ, ਪਰ ਉਹਦੇ ਵਿੱਚ ਇੱਕ ਪੱਤਰਕਾਰੀ ਦੇ ਸਕਿੱਲ ਹੁੰਦੇ ਨੇ, ਮੈਂ ਤੁਹਾਨੂੰ ਉਹਦੀ ਵੀ ਉਦਾਹਰਨ ਦੇ ਦਿੰਦਾ। ਰਾਜ ਸਭਾ ਟੀਵੀ ਹੈ, ਰਾਜ ਸਭਾ ਟੀਵੀ ਦੇ ਵਿੱਚ ਉਸ ਸਮੇਂ ਸਿੱਧਾ ਉਪ ਰਾਸ਼ਟਰਪਤੀ ਦੇ ਅੰਡਰ ਹੁੰਦਾ, ਲੇਕਿਨ ਰਾਜ ਸਭਾ ਟੀਵੀ ਉੱਤੇ ਅੰਮ੍ਰਿਤਾ ਰਾਏ ਇੱਕ ਜਰਨਲਿਸਟ ਹੈ, ਅੱਜ ਕੱਲ੍ਹ ਉਹ ਦਿਗਵਿਜੇ ਸਿੰਘ ਨਾਲ ਵਿਆਹੀ ਹੋਈ ਹੈ, ਅੰਮ੍ਰਿਤਾ ਰਾਏ ਨੇ ਹਾਮਿਦ ਅੰਸਾਰੀ ਦੀ ਇੰਟਰਵਿਊ ਕੀਤੀ ਸੀ, ਉਹ ਇੰਟਰਵਿਊ ਅੱਜ ਵੀ ਯਾਦਗਾਰੀ ਇੰਟਰਵਿਊ ਹੈਗੀ ਆ, ਤੇ ਹਾਮਿਦ ਅੰਸਾਰੀ ਨੂੰ ਠੀਕ ਹੈ ਕਿ ਉਹਨੂੰ ਕਾਫੀ ਢਿੱਲੇ ਸਵਾਲ ਕੀਤੇ ਗਏ, ਪਰ ਉਹ ਢਿੱਲੇ ਸਵਾਲਾਂ ਵਿੱਚ ਵੀ ਜਿਹੜੀਆਂ ਗੁੱਝੀਆਂ ਗੱਲਾਂ ਉਹਨੇ ਕਰ ਗਈ ਨਾ, ਉਹ ਇੰਟਰਵਿਊ ਅੱਜ ਵੀ ਪਈ ਹੋਣੀ ਹੈ, ਦੇਖ ਸਕਦੇ ਹੋ। ਸੋ ਕਹਿਣ ਦਾ ਮਤਲਬ ਜਰਨਲਿਸਟਿਕ ਸਕਿੱਲ ਹੁੰਦੇ ਨੇ ਬੰਦੇ ਦੇ ਕੋਲ, ਹੈ ਤੇ ਉਹ ਚੀਜ਼ ਸਾਨੂੰ ਨੀ ਦੇਖੀ ਹੈਗੀ, ਅਸੀਂ ਕਿਸੇ ਬੰਦੇ ਨੂੰ ਇਹ ਕਹਿ ਕੇ ਨੀ ਮਾਫ ਕਰ ਸਕਦੇ ਵੀ ਇਹਦੇ ਤੇ ਬੰਦਿਸ਼ਾਂ ਹੋ ਸਕਦੀਆਂ, ਨਹੀਂ, ਉਹਦੇ ਕੋਲ ਪੱਤਰਕਾਰੀ ਸਕਿੱਲ ਨਹੀਂ ਹੈ, ਮੈਂ ਗੱਲ ਥੋਕ ਕੇ ਕਹੂੰਗਾ, ਨੰਬਰ ਇੱਕ। ਦੂਜੀ ਗੱਲ ਇਹ ਜਿਵੇਂ ਉਹ ਬਾਹਰ ਆਇਆ, ਇੱਥੋਂ ਲੱਗਦਾ ਕਿ ਦੀਪ ਸਿੱਧੂ ਹੁਣ ਸਰਗਰਮ ਸਿਆਸਤ ਵਿੱਚ ਆਉਣਾ ਚਾਹੁੰਦਾ ਹੈਗਾ, ਜਿਹੜੀਆਂ ਗੱਲਾਂ ਉਹ ਉੱਥੇ ਪਹਿਲਾਂ ਭੜਕਾਉਂਦਾ ਰਿਹਾ ਕਿ ਦੇਖੋ ਜੀ ਸਰ ਇਹ ਸਿਸਟਮ ਨੁਕਸ ਆ, ਇਹ ਅਦਾਲਤੀ ਸਿਸਟਮਾਂ ਨੂੰ ਗਾਲਾਂ ਕੱਢਦਾ ਰਿਹਾ ਆਉਂਦੇ ਸਰ, ਉਹਨੂੰ ਉਹਨੇ ਇਹ ਦਿਖਾਇਆ ਵੀ ਉਹਨੂੰ ਅਦਾਲਤੀ ਸਿਸਟਮ ਦੇ ਵਿੱਚ ਯਕੀਨ ਹੈਗਾ, ਫਿਰ ਉਹਨੇ ਜਿਹੜਾ ਹੈਗਾ ਇਹ ਵੀ ਉੱਥੇ ਕਿਹਾ
ਅੱਜ ਕਹਿੰਦੇ ਵੀ ਸਾਡੀ ਕੌਮ ਦਾ ਹੀਰਾ ਫਲਾਨਾ, ਜਿਹੜੇ ਹੀਰੇ ਹੁੰਦੇ ਨੇ ਨਾ ਉਹ ਕਦੇ ਮੁੱਕਰਦੇ ਨੀ ਹੁੰਦੇ। ਜੀ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜੋ ਸਟੈਂਡ ਲੈ ਲਿਆ ਉਹ ਲੈ ਲਿਆ ਜੀ। ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ। ਸੋ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾ ਧੰਨ ਬਹਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਨਾਲ। ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਵਿੱਚ ਗੱਲਬਾਤ ਕੀਤੀ ਸੀ ਕਿ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਦੀ ਰੀਚ ਕਾਫੀ ਹੈ, ਇਹਦੇ ਉੱਤੇ ਤੁਸੀਂ ਸਾਨੂੰ ਇਸ ਤਰ੍ਹਾਂ ਬਿਜ਼ਨਸ ਦੇ ਕੇ ਸਪੋਰਟ ਕਰ ਸਕਦੇ ਹੋ ਕਿ ਜੇਕਰ ਤੁਸੀਂ ਆਪਣਾ ਮੈਟ੍ਰੀਮੋਨੀਅਲ ਹੈ ਜਾਂ ਕੋਈ ਉੱਤੇ ਕੋਈ ਕੋਈ ਚੀਜ਼ ਵੇਚਣੀ ਹੈ ਜਾਂ ਤੁਸੀਂ ਕੀ ਕਹਿੰਦੇ ਆ ਆਪਣਾ ਖਰੀਦਣੀ ਹੈ ਜਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਐਡਵਰਟੀਜ਼ਮੈਂਟ, ਜਿਵੇਂ ਆਪਾਂ ਅਖਬਾਰ ਦੇ ਵਿੱਚ ਛੋਟੀ ਕਲਾਸੀਫਾਈਡ ਐਡ ਦਿੰਦੇ ਹਾਂ, ਜੇਕਰ ਉਹ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਜਿਹੜਾ ਅਸੀਂ ਜੇਕਰ ਵੈਸੇ ਤੁਸੀਂ ਇੱਕ ਦਿਨ ਦੇ ਲਈ ਕਿਸੇ ਪ੍ਰਕਾਰ ਦਾ ਵੀ ਤੁਸੀਂ ਕੋਈ ਅਨਾਊਂਸਮੈਂਟ ਕਰਾਉਣੀ ਹੈ ਇੱਕ ਵਾਰੀ ਕਿਸੇ ਪ੍ਰੋਗਰਾਮ ਦੇ ਐਡ, ਉਹ ਵੀ ਅਸੀਂ ਪ੍ਰੋਗਰਾਮ ਦਾ ਜਿਹੜਾ ਆਪਾਂ ਸੋਚ ਸਕਦੇ ਹਾਂ ਉਹਨੂੰ ਕਿਵੇਂ ਕਰਨਾ। ਸੋ ਛੋਟੀਆਂ ਐਡਸ ਦੇ ਵਿੱਚ ਜ਼ਰੀਏ ਜਿਹੜਾ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਵੱਧ ਤੋਂ ਵੱਧ ਰੈਵੀਨਿਊ ਜਿਹੜਾ ਉਹ ਜਨਰੇਟ ਕੀਤਾ ਜਾ ਸਕੇ ਅਤੇ ਰੇਡੀਓ ਪੰਜਾਬ ਟੂਡੇ ਨੂੰ